ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਥੋੜ੍ਹੀ ਜਿਹੀ ਨਾਰਾਜ਼ ਲੱਗਦੀ, ਜਿਹੜਾ ਫਤਿਹ ਦਾ ਜਵਾਬ ਗੱਜ ਕੇ ਫਤਿਹ ਵਿੱਚ ਨਹੀਂ ਦਿੱਤਾ। ਮੇਰੇ ਕਿ ਜਿੰਨੀ ਆਵਾਜ਼ 'ਚ ਵੱਡੀ ਆਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਮਤਿ ਪਿਆਰੇ ਭੈਣੋ, ਵੀਰੋ, ਅਤੇ ਸਾਡੇ ਬਜ਼ੁਰਗ ਵੀਰ ਵੀ ਬੈਠੇ ਨੇ, ਸਭ ਤੋਂ ਪਹਿਲਾਂ ਕਿ ਮੈਂ ਆਪਣੀ ਤੁਸ਼ ਜੀ ਬੁੱਧੀ ਦੇ ਨਾਲ ਤੁਹਾਡੇ ਦੇ ਨਾਲ ਸੰਤ ਸਿਪਾਹੀ ਬਾਰੇ ਜਾਂ ਹੁਣ ਦਾ ਜੋ ਸਿੱਖ ਕੌਮ 'ਤੇ ਘਟਨਾ ਵਾਪਰੀ ਹੈ ਇਹਦੇ ਬਾਰੇ ਮੈਂ ਵਿਚਾਰਾਂ ਦੀ ਸਾਂਝ ਪਾਵਾਂ। ਮੈਂ ਆਪ ਸਮੁੱਚੀ ਸਾਧ ਸੰਗਤ ਦਾ ਜੋ ਦੂਰ ਦੁਰਾਡੇ ਤੋਂ ਆਏ ਨੇ ਤਹਿ ਦਿਲੋਂ ਧੰਨਵਾਦੀ ਹਾਂ, ਅਤੇ ਵਿਸ਼ੇਸ਼ ਤੌਰ 'ਤੇ ਇਹਨਾਂ ਪ੍ਰਬੰਧਕ ਸੱਜਣਾਂ ਦਾ ਜਿਨ੍ਹਾਂ ਨੇ ਇਹ ਇਸ ਤੁਸ਼ ਦੀ ਬੁੱਧੀ ਵਾਲੇ ਨੂੰ ਇਸ ਪਵਿੱਤਰ ਸਟੇਜ 'ਤੇ ਜਿੱਥੇ ਬੜੇ ਬੜੇ ਉੱਚ ਕੋਟੀ ਦੇ ਵਿਦਵਾਨ ਟੋਰਾਂਟੋ ਤੋਂ, ਭਾਈ ਸਾਹਿਬ ਹੁਣੀ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਨੇ, ਦੂਸਰੀ ਇਹਨਾਂ ਨੇ ਜੋ ਫਿਲਮ ਦਿਖਾਈ ਹੈ, ਮੇਰਾ ਖਿਆਲ ਇਹ ਫਿਲਮ ਦੇਖਣ ਤੋਂ ਬਾਅਦ ਕੋਈ ਵਿਚਾਰ ਰਹਿ ਨਹੀਂ ਜਾਂਦੇ, ਕਿਉਂਕਿ ਫਿਲਮ ਦੇ ਵਿੱਚ ਸਭ ਕੁਝ ਹੀ ਦਿਖਾਇਆ ਹੈ ਕਿ ਸਿੱਖਾਂ ਨਾਲ ਕੀ ਕੁਝ ਵਾਪਰਿਆ। ਮੈਂ ਤੁਹਾਡੇ ਨਾਲ ਸਿਰਫ ਇਹ ਸਾਂਝੀ ਕਰਨੀ ਚਾਹੁੰਦਾ ਕਿ ਵਾਪਰਿਆ ਕਿਉਂ ਆ। ਜੇ ਵਾਕਿਆ ਸਿੱਖ ਕੌਮ ਦੇ ਸਾਡੇ ਲੀਡਰ ਤੇ ਅਸੀਂ ਸੰਤ ਸਿਪਾਹੀ ਹੁੰਦੇ ਤਾਂ ਸਿੱਖ ਕੌਮ ਨਾਲ ਇਹ ਜੋ ਆਪ ਜੀ ਨੇ ਫਿਲਮ ਵਿੱਚ ਵੇਖਿਆ ਹੈ ਘਟਨਾ ਵਾਪਰ ਨਹੀਂ ਸਕਦੀਆਂ। ਗੁਰੂ ਮਹਾਰਾਜ ਦਾ ਇੱਕ ਫਰਮਾਨ ਹੈ ਜੋ ਉਹਨਾਂ ਸਮਿਆਂ ਦੇ ਵਿੱਚ ਵਿਦਵਾਨਾਂ ਨੇ ਲਿਖਿਆ, ਗੁਰਬਾਣੀ 'ਚ ਨਹੀਂ ਹੈ। ਅਸਰ ਸੰਘਾਰ ਬੇਕੋ, ਦੁਰਜਨ ਕੇ ਮਾਰ ਬੇਕੋ, ਸੰਕਟ ਨਿਵਾਰ ਬੇਕੋ, ਖਾਲਸਾ ਬਣਾਇਓ ਹੈ। ਖਾਲਸਾ ਜੋ ਪੰਥ ਹੈ, ਕੌਮ ਹੈ, ਇਹ ਦੁਸ਼ਟਾਂ ਪਾਪੀਆਂ ਕਹਿਰਵਾਨਾਂ ਦਾ ਨਾਸ ਕਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਖਾਲਸਾ ਬਣਾਇਆ। ਪਰ ਖਾਲਸਾ ਆਪਣੇ ਅਕੀਦੇ ਤੋਂ, ਆਪਣੇ ਸਿਸਟਮ ਤੋਂ, ਆਪਣੇ ਸਿਧਾਂਤ ਤੋਂ, ਆਪਣੇ ਸੰਤ ਸਿਪਾਹੀ ਦੇ ਸਿਧਾਂਤ ਤੋਂ ਥਿੜਕ ਕੇ ਇਹੋ ਜਿਹੀ ਜਗ੍ਹਾ ਦੇ ਵਿੱਚ ਡਿੱਗ ਚੁੱਕਾ, ਦੁਨੀਆਂ ਦਾ ਕੋਈ ਸੰਤ, ਕੋਈ ਗੈਰ ਸਿੱਖ ਰਾਜਾ, ਪ੍ਰੈਜੀਡੈਂਟ, ਪ੍ਰਾਈਮ ਮਿਨਿਸਟਰ, ਕੋਈ ਸਰਕਾਰ ਸਿੱਖਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ, ਕਿਉਂਕਿ ਸਿੱਖ ਆਪਣੇ ਪ੍ਰਿੰਸੀਪਲ ਤੋਂ, ਸਿਧਾਂਤ ਤੋਂ ਸਿੱਖ ਕੌਮ ਗਿਰ ਚੁੱਕੀ ਹੈ। ਗੁਰਬਾਣੀ ਦੇ ਵਿੱਚ ਇੱਕ ਸਪਸ਼ਟ ਫਰਮਾਨ ਹੈ, ਤਖ਼ਤ ਰਾਜਾ ਸੋ ਬਹਿ ਜੋ ਤਖ਼ਤੇ ਲਾਇਕ ਹੋਈ, ਤਖ਼ਤ ਬਹਿ ਤਖ਼ਤੇ ਕੀ ਲਾਇਕ। ਜੇ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿੱਥੇ ਸਿੱਖ ਕੌਮ ਵਧੀ ਫੁੱਲੀਏ, ਉਸ ਦਿੱਲੀ ਦੇ ਤਖ਼ਤ ਦੇ ਜੇ ਤਖ਼ਤੇ ਦੀ ਲਾਇਕ ਇਨਸਾਨ ਬਣ ਬਹਿੰਦਾ, ਜੇ ਸੱਚਾ ਸੁੱਚਾ ਰਾਜਾ ਬੈਠੇ, ਤਾਂ ਸਿੱਖਾਂ ਨੂੰ ਅੱਜ ਜਦੋ ਜਦ ਕਰਨ ਦੀ ਜ਼ਰੂਰਤ ਨਹੀਂ। ਇਸੇ ਹੀ ਤਰ੍ਹਾਂ ਜੇ ਸਿੱਖਾਂ ਦੇ ਜੋ ਪਵਿੱਤਰ ਅਸਥਾਨ ਨੇ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਜਾਂ ਸ਼੍ਰੋਮਣੀ ਕਮੇਟੀ ਦੇ ਜੋ ਪ੍ਰਧਾਨ ਨੇ, ਜੋ ਤਖ਼ਤੇ ਕੀ ਲਾਇਕ ਵਾਲੇ ਸਿਸਟਮ ਨੂੰ ਫਾਲੋ ਕਰਦੇ ਹੋਣ, ਉਹੋ ਜੇ ਇਨਸਾਨ ਉਸ ਜਗ੍ਹਾ ਤੇ ਬੈਠਣ ਜਿੱਤਾਂ ਦੀ ਉਹ ਜਗ੍ਹਾ ਹੈ, ਤਾਂ ਸਿੱਖ ਕੌਮ ਦਾ ਇੰਨਾ ਕਾਂਡ ਨਹੀਂ ਸੀ ਹੋਣਾ। ਦੂਸਰੀ ਇੱਕ ਪੰਕਤੀ ਬੜੀ ਸਪਸ਼ਟ ਹੈ, ਰਾਜ ਨਾ ਚਾਹੂੰ ਮੁਕਤਾ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ। ਜੋ ਰਾਜ ਦੇ ਧੱਕਵਣ ਵਡਾਈ, ਜੋ ਭੀਖ ਮੰਗਾਏ ਕਿਆ ਘਟ ਜਾਈ, ਤੂੰ ਹਰ ਭੱਜ ਮਨ ਮੇਰੇ ਪਦ ਨਿਰਵਾਣ, ਬੋਰਨ ਹੋਵੇ ਤੇ ਰਾਮ ਜਾਣ। ਇੱਕ ਬੰਨੇ ਗੁਰਬਾਣੀ ਕਹਿ ਰਹੀ ਹੈ ਮੈਨੂੰ ਰਾਜ ਦੀ ਜ਼ਰੂਰਤ ਨਹੀਂ, ਮੈਨੂੰ ਮੁਕਤੀ ਦੀ ਵੀ ਜ਼ਰੂਰਤ ਨਹੀਂ, ਫਿਰ ਸਿੱਖ ਕੌਮ ਰਾਜ ਭਾਗ ਲਈ ਲੜਦੀ ਕਿਉਂ ਹੈ? ਬੜਾ ਅਜੀਬ ਸਵਾਲ ਹੈ। ਸਿੱਖ ਨੂੰ ਰਾਜ ਦੀ ਜ਼ਰੂਰਤ ਨਹੀਂ, ਸਿੱਖ ਨੂੰ ਮੁਕਤੀ ਦੀ ਵੀ ਜ਼ਰੂਰਤ ਨਹੀਂ, ਜ਼ਰੂਰਤ ਕੀ ਹੈ? ਪਰਿਪੂਰ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਸਿੱਖ ਪ੍ਰੀਤੀ ਚਾਹੁੰਦਾ, ਤੇ ਪ੍ਰੀਤੀ ਕਿਸ ਤਰ੍ਹਾਂ ਮਿਲਦੀ ਹੈ? ਗੁਰੂ ਵਾਲਾ ਬਣ ਕੇ, ਬਾਣੀ ਬਾਣੇ ਦੇ ਵਿੱਚ ਰਹਿ ਕੇ,
ਕਕਾਰ ਪਹਿਨ ਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਕੇ ਧਰਮ ਦੀ ਕਿਰਤ ਕਰਕੇ ਦਸਵੰਧ ਕੱਢ ਕੇ ਉਧਰ ਜਿੱਥੇ ਸਿੱਖ ਕੌਮ ਰਹਿ ਰਹੀ ਏ ਉਸ ਹਿੰਦੁਸਤਾਨ ਦੀ ਸਰਕਾਰ ਦਾ ਜੋ ਧਾਰਮਿਕ ਸੰਵਿਧਾਨ ਹੈ, ਇੱਕ ਹੁੰਦਾ ਹੈ ਰਾਸ਼ਟਰੀ ਸੰਵਿਧਾਨ ਪੋਲੀਟੀਕਲ, ਇੱਕ ਹੁੰਦਾ ਰਿਲੀਜੀਅਸ ਸੰਵਿਧਾਨ, ਉਹ ਸਾਰੀਆਂ ਕੌਮਾਂ ਦਾ ਹੁੰਦਾ। ਸਾਡਾ ਵੀ ਇੱਕ ਸੰਵਿਧਾਨ ਏ, ਉਸ ਸੰਵਿਧਾਨ ਅਨੁਸਾਰ ਚੱਲੀਏ ਸਾਨੂੰ ਮਾਰ ਨਹੀਂ ਪੈ ਸਕਦੀ। ਹਿੰਦੁਸਤਾਨ ਦਾ ਇੱਕ ਰਿਲੀਜੀਅਸ ਸੰਵਿਧਾਨ ਹੈ ਜਿਹਨੂੰ ਉਹ ਹਿੰਦੁਸਤਾਨ ਦਾ ਬ੍ਰਾਹਮਣਵਾਦ ਫੋਲੋ ਕਰ ਰਿਹਾ। ਉਹ ਸੰਵਿਧਾਨ ਆਖਦਾ ਕਿ ਇੱਕ ਵਾਰੀ ਜੋ ਮਜ਼ਲੂਮ ਹੈ, ਗਰੀਬ ਆ, ਉਹ ਇੱਕ ਵਾਰੀ ਜੋ ਜਿਹੜਾ ਬ੍ਰਾਹਮਣ ਨਹੀਂ, ਉਹ ਇੱਕ ਵਾਰੀ ਪਰਮਾਤਮਾ ਦਾ ਨਾਮ ਜੀਭ ਤੋਂ ਲੈ ਲੈ, ਉਸਦੀ ਜੀਭ ਕੱਟ ਦੋ। ਫਿਰ ਦੂਸਰਾ ਸੰਵਿਧਾਨ ਇੱਕ ਹੋਰ ਕਹਿ ਰਿਹਾ, ਮਨੂ ਸਿਮ੍ਰਤੀਆਂ ਵਿੱਚ ਸਪਸ਼ਟ ਲਿਖਿਆ ਹੋਇਆ, ਇੱਕ ਵਾਰੀ ਇੱਕ ਕੋਈ ਇਨਸਾਨ ਜੋ ਬ੍ਰਾਹਮਣ ਨਹੀਂ, ਜਿਹਦੇ ਕੋਲ ਅਧਿਕਾਰ ਨਹੀਂ ਰਾਮ ਦਾ ਨਾਮ ਲੈਣ ਦਾ, ਉਹ ਨਾਮ ਕੰਨਾਂ ਵਿੱਚ ਸੁਣ ਲਿਓ, ਕਹਿੰਦੇ ਕੰਨਾਂ ਵਿੱਚ ਸਿੱਕਾ ਪਾ ਦਿਓ, ਇਹ ਰਾਮ ਦਾ ਨਾਮ ਸੁਣ ਹੀ ਨਾ ਸਕੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਦੋ ਰਸਤੇ ਸਨ। ਦੇਖੋ ਬੜੀ ਸਪਸ਼ਟ ਕਲੀਅਰ ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜ਼ਾਲਮ ਹਕੂਮਤ ਨੇ ਸ਼ਾਂਤਮਈ ਢੰਗ ਦੇ ਨਾਲ ਪ੍ਰਚਾਰ ਕਰਦਿਆਂ ਸ਼ਹੀਦ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ। ਜ਼ਾਲਮ ਤੇ ਜ਼ੁਲਮ ਜ਼ੁਲਮ ਕਰਨ ਨੂੰ ਨਹੀਂ ਹਟਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸ਼ਾਂਤਮਈ ਸ਼ਹਾਦਤ ਦੇ ਦਿੰਦੇ। ਪਰ ਇਹ ਦਵਾਈ ਜੋ ਸੀ ਇਹ ਜਮਾਈ ਜਾ ਚੁੱਕੀ ਸੀ, ਇਸ ਦਵਾਈ ਨੇ ਇਲਾਜ ਨਹੀਂ ਕੀਤਾ, ਜ਼ਾਲਮ ਨੂੰ ਰੋਕ ਨਹੀਂ ਸਕੀ ਇਹ ਦਵਾਈ, ਕਿਉਂਕਿ ਜ਼ਾਲਮ ਬਹੁਤ ਬਲਵਾਨ ਸੀ, ਬਹੁਤ ਤਾਕਤਵਰ ਸੀ, ਦੁਨੀਆਂ ਮਾਰ ਰਿਹਾ ਸੀ, ਖਤਮ ਕਰ ਰਿਹਾ ਸੀ। ਦੂਸਰਾ ਗੁਰੂ ਗੋਬਿੰਦ ਸਿੰਘ ਕੋਲ ਮਹਾਰਾਜ ਦਾ ਇੱਕ ਦੂਸਰਾ ਰਸਤਾ ਸੀ, ਉਹ ਸੀ ਜੋ ਅੱਜ ਦੇ ਸੰਤ ਕਰ ਰਹੇ ਨੇ, ਜੋ ਸਿਪਾਹੀ ਨਹੀਂ, ਜੋ ਸੰਤ ਕਰ ਰਹੇ ਨੇ, ਨਾਮ ਜਪਦੇ, ਬਾਣੀ ਪੜ੍ਹਦੇ, ਚੇਲੇ ਬੇਅੰਕ ਸਨ, ਬੜਬੜੀਆਂ ਵੱਡੀਆਂ ਲਿਮੋਜ਼ੀਨ ਗੱਡੀਆਂ ਦੇ ਇੰਡੀਆ ਲੈਂਡ ਕਰੂਜ਼ਰ ਗੱਡੀਆਂ 'ਚ ਝੂਟਦੇ, ਕਿਲਿਆਂ ਵਰਗੇ ਗੁਰਦੁਆਰੇ ਸਾਰਦੇ, ਮਹਿਲਾਂ 'ਚ ਰਹਿੰਦੇ। ਪਰ ਇਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਜ਼ਮੀਰ ਮਾਰਨੀ ਪੈਣੀ ਸੀ, ਕਿਉਂਕਿ ਸਾਹਮਣੇ ਗੁਰੂ ਦੇ ਮਹਾਰਾਜ ਦੇ ਸਾਹਮਣੇ ਬੇਅੰਤ ਤਸ਼ੱਦਦ ਹੋ ਰਿਹਾ ਸੀ, ਅੱਤਿਆਚਾਰ ਹੋ ਰਿਹਾ ਸੀ, ਮਜ਼ਲੂਮਾਂ ਨੂੰ ਜ਼ੋਰਾ ਜ਼ਰਬੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਜਿਸ ਇਨਸਾਨ ਦੀ ਜ਼ਮੀਰ ਜਾਗਦੀ ਉਹ ਚੀਜ਼ ਪ੍ਰਵਾਨ ਨਹੀਂ ਕਰੇਗਾ। ਗੁਰੂ ਮਹਾਰਾਜ ਨੇ ਇਹ ਰਸਤਾ ਵੀ ਪ੍ਰਵਾਨ ਨਹੀਂ ਕੀਤਾ, ਕਿਉਂਕਿ ਗੁਰੂ ਦੀ ਜ਼ਮੀਰ ਜਾਗਦੀ ਸੀ। ਗੁਰੂ ਮਹਾਰਾਜ ਨੇ ਤੀਸਰਾ ਰਸਤਾ ਬਣਾਇਆ। ਤੀਸਰਾ ਰਸਤਾ ਕੀ ਸੀ? ਗੁਰੂ ਮਹਾਰਾਜ ਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਇਸ ਧਰਤੀ ਤੇ ਆਏ ਕਿਉਂ ਹੋ? ਮਹਾਰਾਜ ਨੇ ਆਪ ਸੁਣੀ ਹੋਣੀ ਬਾਣੀ, ਹਾਮੇ ਕਾਲ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ, ਜਹੀ ਕਾਲ ਤਰਾਸਬ ਜਨਮ ਸਮਝ ਲੈ ਸਾਧੂ ਸੰਮਨ, ਧਰਮ ਚਲਾਵਣ ਸੰਤ ਬਾਲਣ, ਦੁਸ਼ ਸਭਨ ਕੋ ਮੂਲ ਅਪਾਰਨ। ਕਿ ਗੁਰੂ ਗੋਬਿੰਦ ਸਿੰਘ ਨੇ ਐਲਾਨ ਕਰ ਦਿੱਤਾ, ਮੈਂ ਇਸ ਸ੍ਰਿਸ਼ਟੀ ਤੇ ਤਾਂ ਆਇਆ ਕਿ ਇੱਥੇ ਬੜਾ ਜ਼ੁਲਮ ਹੋ ਰਿਹਾ ਇਸ ਦੁਨੀਆਂ ਤੇ, ਮਜ਼ਲੂਮਾਂ ਦੇ ਉੱਤੇ ਕਹਿਰ ਹੋ ਰਿਹਾ, ਗਰੀਬਾਂ ਦੀ ਪੱਤ ਲੁੱਟੀ ਜਾ ਰਹੀ ਹੈ, ਗਰੀਬਾਂ ਨੂੰ ਗੁਲਾਮ ਬਣਾਇਆ ਜਾ ਰਿਹਾ। ਸੰਤਾਂ ਮਹਾਤਮਾ ਦੇ ਨਾਮ ਦੇ ਜਦੋਂ ਨਾਮ ਜਪਦੇ ਨੇ ਉਹਦੇ ਰਸਤੇ ਵਿੱਚ ਜ਼ਾਲਮ ਹਕੂਮਤ ਰੋੜਾ ਬਣਦੀ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਰਸਤੇ 'ਚ ਰੋੜਾ ਬਣੀ ਜ਼ਾਲਮ ਹਕੂਮਤ, ਗੁਰੂ ਤੇਗ ਬਹਾਦਰ ਮਹਾਰਾਜ ਦੇ ਰਸਤੇ ਵਿੱਚ ਜ਼ਾਲਮ ਹਕੂਮਤ ਰੋੜਾ ਬਣੀ। ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਨੂੰ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ। ਗੁਰੂ ਮਹਾਰਾਜ ਆਖਣ ਲੱਗੇ ਕਿ ਮੈਂ ਤੀਸਰਾ ਰਸਤਾ ਅਪਣਾਵਾਂਗਾ। ਉਹਨਾਂ ਨੇ ਤੀਸਰਾ ਰਸਤਾ ਕੀ ਬਣਾਇਆ? ਉਹਨਾਂ ਨੇ ਜਿਹੜੇ ਤੱਕੜੀ ਤੋਲਣ ਵਾਲੇ ਸੀ, ਜਿਹਨਾਂ ਨੇ ਕਦੀ ਲੜਾਈ ਕੀਤੀ ਨਹੀਂ ਸੀ, ਸੁਣੀ ਨਹੀਂ ਸੀ, ਨਾਲੀਆਂ ਜੋ ਗੰਦ ਕੱਢਣ ਵਾਲੇ, ਗਰੀਬ, ਲੱਕੜੀ ਦਾ ਕੋਈ ਹੋਰ ਕੰਮ ਕਰਨ ਵਾਲੇ, ਜੋ ਪਿੰਡਾਂ ਦੇ ਵਿੱਚ ਨਵਾਬਾਂ ਨੂੰ, ਮੁਖੀਆਂ, ਵੱਡਿਆਂ ਲੋਕਾਂ ਨੂੰ ਪਰਮਾਤਮਾ ਮੰਨੀ ਬੈਠੇ ਸਨ, ਮਹਾਰਾਜ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ, ਜਾਤ ਪਾਤ ਊਚ ਨੀਚ ਦੀ ਬਿਮਾਰੀ ਨੂੰ ਕੱਢਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਪੰਜ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ, ਵੱਖਰਿਆਂ ਵੱਖਰਿਆਂ ਇਲਾਕਿਆਂ ਚੋਂ ਪੰਜ ਪਿਆਰੇ ਲੈ, ਤਾਂ ਕਿ ਸਾਡੇ ਵਿੱਚੋਂ ਇਹ ਕਿਸੇ ਤਰੀਕੇ ਨਾਲ ਬਿਮਾਰੀ ਨਿਕਲ ਜਾਵੇ। ਗੁਰੂ ਮਹਾਰਾਜ ਨੇ ਉਹਨਾਂ ਨੂੰ ਸ਼ਸਤਰ ਪਹਿਨਾ ਕੇ ਐਲਾਨ ਕਰ ਦਿੱਤਾ ਕਿ ਜ਼ਾਲਮ ਤੇ ਜ਼ੁਲਮ ਦੇ ਨਾਲ ਟੱਕਰ ਲੈਣ ਲਈ ਖਾਲਸੇ ਦਾ ਕੰਮ ਹੈ। ਵਿਚਾਰ ਚੱਲ ਰਹੀ ਥੱਲੇ
ਗੁਰੂ ਮਹਾਰਾਜ ਬੰਦਾ ਸਿੰਘ ਬਹਾਦਰ ਪਾਸ ਗਏ, ਜਿਸ ਤਰ੍ਹਾਂ ਅੱਜ ਦੇ ਸੰਤ ਮਹਾਤਮਾ ਕਰ ਰਹੇ ਨੇ, ਉਹ ਵੀ ਅੰਦਰ ਬੈਠ ਕੇ ਨਾਮ ਜਪਦਾ ਸੀ। ਗੁਰੂ ਮਹਾਰਾਜ ਨੇ ਉਹਨੂੰ ਸਵਾਲ ਕੀਤਾ ਕਿ ਤੂੰ ਕੌਣ ਏ? ਉਹ ਆਖਣ ਲੱਗਾ ਬੰਦਾ। ਗੁਰੂ ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮ ਨਹੀਂ, ਗੁਫਾ ਵਿਚ ਬੈਠ ਕੇ ਭਗਤੀ ਕਰਨੀ ਸਿਮਰਨ ਕਰਨਾ ਤੇਰਾ ਨਿੱਜੀ ਕੰਮ ਹੈ, ਬੰਦਿਆਂ ਦਾ ਕੰਮ ਉਹ ਜਿਹੜਾ ਇਸ ਸ੍ਰਿਸ਼ਟੀ ਤੇ ਆਉਂਦਾ ਕਿ ਜ਼ਾਲਮ ਜ਼ੁਲਮ ਨੂੰ ਰੋਕਣਾ, ਮਜ਼ਲੂਮਾਂ ਦੀ ਰੱਖਿਆ ਕਰਨੀ, ਧਰਮ ਦਾ ਪ੍ਰਚਾਰ ਕਰਨਾ, ਸੱਚ ਦਾ ਹੋਕਾ ਦੇਣਾ। ਬੰਦਾ ਸਿੰਘ ਬਹਾਦਰ ਨੇ ਗੁਰੂ ਮਹਾਰਾਜ ਦੇ ਪੈਰ ਫੜ ਲਏ। ਬੰਦਾ ਸਿੰਘ ਬਹਾਦਰ ਮਹਾਰਾਜ ਨੂੰ ਗੁਰੂ ਮਹਾਰਾਜ ਨੇ ਦੋ ਚੀਜ਼ਾਂ ਬਖਸ਼ਿਸ਼ ਕੀਤੀਆਂ, ਇੱਕ ਤਾਂ ਥਾਪਨਾ ਆਸ਼ੀਰਵਾਦ, ਪੰਜ ਤੀਰ, ਪੰਜ ਸਿੰਘ ਦੇ ਕੇ ਪੰਜਾਬ ਦੀ ਧਰਤੀ ਤੇ ਤੋਰ ਦਿੱਤਾ। ਕਦੀ ਹਿਸਟਰੀ ਕਿਸੇ ਨੇ ਗੁਰਮੁਖ ਨੇ ਪੜ੍ਹੀ ਹੋਵੇਗੀ, ਬੰਦਾ ਸਿੰਘ ਬਹਾਦਰ ਕੋਲ ਨਾ ਫੌਜ, ਨਾ ਉਹ ਜੰਗ ਦਾ ਐਕਸਪਰਟ, ਨਾ ਉਹਦੇ ਕੋਲ ਹਥਿਆਰ, ਕੋਈ ਚੀਜ਼ ਨਹੀਂ ਉਹਦੇ ਕੋਲ, ਸਿਰਫ ਗੁਰੂ ਦੀ ਚੀਜ਼ ਹੈ ਬਖਸ਼ਿਸ਼ ਤੇ ਸਵੈ ਮਾਣ ਅਣਖ। ਸਾਡੀ ਅਸੀਂ ਕੌਮ ਬੇਅਣਖੀ ਹੋ ਚੁੱਕੀ ਹੈ, ਸਾਡੇ ਸਾਹਮਣੇ ਆ ਫਿਲਮ ਦੇਖੋ ਕੀ ਕੁਛ ਕੀਤਾ ਸਿੱਖ ਕੌਮ ਤੇ। ਉਹਦੇ ਕੋਲ ਸਵੈ ਮਾਣ ਅਣਖ ਸੀ ਤੇ ਕੋਈ ਵੀ ਦੁਨੀਆਂ ਦੀ ਜੋ ਜੰਗ ਹੈ ਨਾ, ਜੰਗ ਉਹ ਅਣਖ ਤੇ ਸਵੈ ਮਾਣ ਤੋਂ ਜਿੱਤੀ ਨਹੀਂ ਜਾ ਸਕਦੀ। ਚਾਹੇ ਉਹ ਹਥਿਆਰਮੰਦ ਲੜਾਈ ਹੋਵੇ, ਚਾਹੇ ਉਹ ਸ਼ਾਂਤਮਈ ਲੜਾਈ ਹੋਵੇ, ਚਾਹੇ ਉਹ ਧਾਰਮਿਕ ਲੜਾਈ ਹੋਵੇ, ਚਾਹੇ ਉਹ ਸਮਾਜਿਕ ਲੜਾਈ ਹੋਵੇ, ਜੰਗ ਵਾਸਤੇ ਜਿੱਤਣ ਵਾਸਤੇ ਸਵੈ ਮਾਣ ਤੇ ਅਣਖ ਦਾ ਹੋਣਾ ਜ਼ਰੂਰੀ ਹੈ। ਬੰਦਾ ਸਿੰਘ ਬਹਾਦਰ ਕੋਲ ਇਹ ਮਹਾਨ ਚੀਜ਼ ਸੀ। ਬੰਦਾ ਸਿੰਘ ਬਹਾਦਰ ਨੇ ਉੱਥੋਂ, ਇਹ ਸੰਤ ਸਿਪਾਹੀ ਦੀ ਗੱਲ ਹੈ, ਬੰਦਾ ਸਿੰਘ ਸੰਤ ਪਹਿਲਾਂ ਸੀ, ਪਾਤਸ਼ਾਹ ਨੇ ਉਹਨੂੰ ਹਥਿਆਰ ਦੇ ਕੇ, ਸ਼ਸਤਰ ਦੇ ਕੇ, ਆਸ਼ੀਰਵਾਦ ਦੇ ਕੇ, ਸਿਪਾਹੀ ਦੀ ਸਿੱਖਿਆ ਦੇ ਕੇ, ਤੇ ਜੋ ਸੰਤ ਤੇ ਸਿਪਾਹੀ ਦੀ ਵਿਸ਼ੇਸ਼ਤਾ ਹੈ ਕਿ ਤੈਂ ਸਵੈ ਤੇ ਅਣਖ ਨਾਲ ਜਿਉਣਾ ਇਸ ਦੁਨੀਆਂ ਤੇ, ਮਜ਼ਲੂਮਾਂ ਦੀ ਰੱਖਿਆ ਕਰਨੀ, ਸੱਚ ਦਾ ਪਹਿਰਾ ਦੇਣਾ, ਬੰਦਾ ਸਿੰਘ ਬਹਾਦਰ ਨੂੰ ਤੋਰ ਦਿੱਤਾ। ਬੰਦਾ ਸਿੰਘ ਬਹਾਦਰ ਨੇ ਆਣ ਕੇ ਪੰਜਾਂ ਸਿੰਘਾਂ ਦੇ ਨਾਲ, ਬੰਦਾ ਸਿੰਘ ਕੋਈ ਟ੍ਰੇਨਿੰਗ ਨਹੀਂ, ਕੁਛ ਨਹੀਂ, ਸਿੱਖਾਂ ਨੂੰ ਇਕੱਤਰ ਕੀਤਾ। ਉਸ ਸਮੇਂ ਦੀ ਜੋ ਬੜੀ ਮਹਾਨ ਤਕੜੀ ਫੌਜ ਸੀ, ਜੋ ਸਰਹੰਦੀ, ਬੰਦਾ ਸਿੰਘ ਬਹਾਦਰ ਨੇ ਉਹਨਾਂ ਤੋਂ ਤੋਪ ਖੋ ਕੇ, ਉਹਨਾਂ ਕੋਲ ਹਥਿਆਰ ਖੋ ਕੇ, ਉਹ ਜੰਗ ਜਿੱਤ ਕੇ ਇੱਕ ਕੰਮ ਕੀਤਾ ਜੋ ਸਿੱਖ ਕੌਮ ਤੇ ਸਾਰੀ ਦੁਨੀਆਂ ਵਿਸਰ ਚੁੱਕੀ ਹੈ। ਅੱਜ ਜਦੋਂ ਵੀ ਤੁਹਾਨੂੰ ਹਿਸਟਰੀ ਪੜ੍ਹਾਈ ਜਾਂਦੀ ਹੈ, ਪੜਾਇਆ ਜਾਂਦਾ ਕਿ ਦੁਨੀਆਂ ਦੇ ਸਭ ਤੋਂ ਪਹਿਲਾਂ ਜਗੀਰਦਾਰੀ ਇਨਕਲਾਬ ਫਰਾਂਸ ਵਿੱਚ ਆਇਆ, ਇਹ ਪੜਾਇਆ ਜਾਂਦਾ ਨਾ 1789 ਚ। ਬੰਦਾ ਸਿੰਘ ਬਹਾਦਰ ਨੇ ਉਸ ਤੋਂ 100 ਸਾਲ ਪਹਿਲਾਂ ਜਦੋਂ ਰਾਜਪਾਲ ਬੰਦਾ ਸਿੰਘ ਉੱਥੇ ਸਰਹੰਦ ਦੇ ਕੋਲ, ਸਰਹੰਦ ਦਾ ਕੰਟਰੋਲ ਆਇਆ, ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਜਗੀਰਦਾਰੀ ਖਤਮ ਕੀਤੀ, ਵੀ ਜਿੰਨੀ ਵਾਹੀ ਜ਼ਮੀਨ ਹੈ, ਜਿਹੜੇ ਲੋਕ ਜ਼ਮੀਨ ਵਾਹੁੰਦੇ ਨੇ, ਇਹ ਜ਼ਮੀਨ ਉਹਨਾਂ ਦੀ ਹੈ। ਸੋ ਦੁਨੀਆਂ ਚ ਸਭ ਤੋਂ ਪਹਿਲਾਂ ਇਨਕਲਾਬ ਲਿਆਂਦਾ ਬੰਦਾ ਸਿੰਘ ਬਹਾਦਰ ਨੇ, ਇੱਕ ਸੰਤ ਸਿਪਾਹੀ ਬਣ ਕੇ ਜੋ ਗਰੀਬਾਂ ਨੂੰ ਅਮੀਰਾਂ ਨੂੰ ਇੱਕ ਕੀਤਾ, ਤੇ ਸਿੱਕਾ ਆਪਣੇ ਨਾਮ ਦਾ ਨਹੀਂ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਇਆ, ਕਿਉਂਕਿ ਉਹਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਇਹ ਜੋ ਇਹ ਮੈਨੂੰ ਚੀਜ਼ ਮਿਲੀ ਏ, ਜੋ ਤਾਕਤ ਮਿਲੀ ਏ, ਇਹ ਤਾਕਤ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਦੁਆਰਾ ਮਿਲੀ ਏ। ਇਸ ਕਰਕੇ ਉਸਨੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਨਾਮ ਦਾ ਸਿੱਕਾ ਚਲਾਇਆ। ਫਿਰ ਮੈਂ ਵਿਚਾਰ ਕਰਦਾ ਅੱਜ ਦੇ ਸੰਤ ਸਿਪਾਹੀਆਂ ਬਾਰੇ। ਮੈਨੂੰ ਓਟਵਾ ਦੇ ਵਿੱਚ, ਕੋ ਕੈਪੀਟਲ ਹੈ ਕੈਨੇਡਾ ਦੀ, ਇੱਕ ਡਾਕਟਰਾਂ ਦੀ, ਬੁੱਧੀਜੀਵੀਆਂ ਵਿਦਵਾਨਾਂ ਦੀ ਕਾਨਫਰੰਸ ਵਿੱਚ ਜਾਣ ਦਾ ਮੌਕਾ ਮਿਲਿਆ। ਉਹ ਬੰਦਾ ਸਿੰਘ ਬਹਾਦਰ ਬਾਰੇ ਕਾਨਫਰੰਸ ਸੀ। ਸਾਡੇ ਵਿੱਚ ਬੜੇ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਾ ਰਹੀਆਂ ਨੇ ਹਿਸਟਰੀ ਵਿੱਚ, ਜਿਹੜੀਆਂ ਸਾਨੂੰ ਕਲੀਅਰ ਕਰਨ ਲਈ ਬੜਾ ਸਮਾਂ ਲੱਗ ਜਾਂਦਾ ਹੈ। ਪਾਈਆਂ ਕਹਿੰਦੇ ਆ, ਕਿਉਂਕਿ ਹਿੰਦੁਸਤਾਨ ਦੀ ਜੋ ਹਿਸਟਰੀ ਹੈ, ਜੋ ਸਿੱਖਾਂ ਦੀ ਹਿਸਟਰੀ, ਜਾਂ ਤਾਂ ਮੁਸਲਮਾਨਾਂ ਨੇ ਲਿਖੀ ਮੁੜ ਤੋਂ, ਫਿਰ ਅੰਗਰੇਜ਼ਾਂ ਨੇ ਲਿਖੀ, ਫਿਰ ਹਿੰਦੂਆਂ ਨੇ ਲਿਖੀ, ਸਿੱਖ ਬਹੁਤ ਲੇਟ ਲਿਖਣਾ ਸਿੱਖਾਂ ਨੇ ਸ਼ੁਰੂ ਕੀਤਾ। ਜਿਹੜਾ ਗਰੀਬ ਸਿੱਖਾਂ ਨੇ, ਗਰੀਬ ਤੋਂ ਭਾਵ ਹੈ ਜੋ ਜ਼ਿਆਦਾ ਇੰਨੀ ਬੁੱਧੀਵਾਨ ਨਹੀਂ ਸਨ, ਉਹਨਾਂ ਨੇ ਜੇ ਲਿਖਿਆ ਵੀ ਉਹਨਾਂ ਦੀ ਉਹ ਕਾਪੀ ਕਰਕੇ ਲਿਖਿਆ। ਉੱਥੇ ਉਹ ਡਾਕਟਰ ਕਰ ਰਹੇ ਸਨ, ਇੱਕ ਡਾਕਟਰ ਨੇ ਪਰਚਾ ਪੜ੍ਹਨਾ ਸ਼ੁਰੂ ਕਰ ਦਿੱਤਾ ਬੰਦਾ ਸਿੰਘ ਬਹਾਦਰ ਬਾਰੇ, ਕਿ ਬੰਦਾ ਸਿੰਘ ਬਹਾਦਰ ਨੇ ਗੁਰੂ ਮਹਾਰਾਜ ਦੀਆਂ ਹਦਾਇਤਾਂ ਨਹੀਂ ਮੰਨੀਆਂ,
ਕਿ ਬੰਦਾ ਸਿੰਘ ਬਹਾਦਰ ਨੂੰ ਗੁਰੂ ਪਾਤਸ਼ਾਹ ਨੇ ਕਿਹਾ ਵੀ ਵਿਆਹ ਨਹੀਂ ਕਰਾਉਣਾ। ਬੰਦਾ ਸਿੰਘ ਬਹਾਦਰ ਨੇ ਵਿਆਹ ਕਰਾ ਲਿਆ। ਬੰਦਾ ਸਿੰਘ ਬਹਾਦਰ ਨੂੰ ਗੁਰੂ ਮਹਾਰਾਜ ਨੇ ਆਖਿਆ ਗੁਰੂ ਨੇ ਖਵਾਉਣਾ। ਇਸ ਕਰਕੇ ਆਖਣ ਲੱਗਾ ਬੰਦਾ ਸਿੰਘ ਬਹਾਦਰ ਦਾ ਜੋ ਰਾਜ ਸਰਹੰਦ ਤੇ ਕਾਇਮ ਕੀਤਾ ਸੀ ਖੁੱਸਿਆ ਹੀ ਬੰਦਾ ਸਿੰਘ ਬਹਾਦਰ ਨੂੰ ਸ਼ਹਾਦਤ ਮਿਲੀ। ਮੈਂ ਬੈਠੇ ਸਾਰੇ ਉੱਥੇ ਡਾਕਟਰ ਪ੍ਰੋਫੈਸਰ ਸਨ, ਵੈਸੇ ਮੈਨੂੰ ਸੱਦਿਆ ਹੋਇਆ ਸੀ, ਮੈਂ ਹੱਥ ਖੜਾ ਕਰ ਦਿੱਤਾ। ਉਹਨਾਂ ਨੇ ਮੇਰੇ ਸਾਹਮਣੇ ਮੈਕ ਲਿਆਤਾ। ਮੈਂ ਪੁੱਛਿਆ ਕਿ ਬੰਦਾ ਸਿੰਘ ਬਹਾਦਰ ਨੇ ਤੇ ਕੁਤਾਹੀ ਕੀਤੀ, ਇਹ ਗਲਤੀ ਕੀਤੀ, ਉਸਨੂੰ ਏਦਾਂ ਦੀ ਸ਼ਹਾਦਤ ਮਿਲੀ, ਭਾਈ ਮਨੀ ਸਿੰਘ ਨੇ ਕੀ ਕੀਤਾ ਹੈ, ਭਾਈ ਤਾਰੂ ਸਿੰਘ ਨੇ ਕੀ ਕੀਤਾ ਹੈ, ਭਾਈ ਦਿਆਲਾ ਸਿੰਘ ਨੇ ਕੀ ਕੀਤਾ ਹੈ, ਭਾਈ ਮਤੀ ਦਾਸ, ਸਤੀ ਦਾਸ, ਇਹਨਾਂ ਨੇ ਕੀ ਮਾੜੇ ਕਰਮ ਕੀਤੇ ਸਨ? ਕਹਿੰਦਾ ਇਸ ਗੱਲ ਦਾ ਮੈਨੂੰ ਪਤਾ ਨਹੀਂ। ਮੈਂ ਕਿਹਾ ਦੂਸਰਾ ਸਵਾਲ, ਜਿਹੜਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਇੱਕ ਐ ਜੇ ਜਥੇਦਾਰ ਬਣ ਕੇ ਜਾ ਰਿਹਾ ਪੰਜਾਬ ਦੀ ਧਰਤੀ ਤੇ, ਬੰਦਾ ਸਿੰਘ ਬਹਾਦਰ ਨੇ ਸਵਾਲ ਨਾ ਕੀਤਾ ਹੋਊ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ? ਸੱਚੇ ਪਾਤਸ਼ਾਹ ਆਪ ਜੀ ਨੇ ਵਿਆਹ ਕਰਾਇਆ, ਆਪ ਜੀ ਦੇ ਚਾਰ ਪੁੱਤਰ ਹੋ ਹਨ, ਸਾਰੇ ਗੁਰੂਆਂ ਨੇ ਸਮੇਂ ਸਮੇਂ ਅਨੁਸਾਰ ਵਿਆਹ ਕਰਾਏ, ਮੇਰੇ ਤੇ ਪਾਬੰਦੀ ਕਿਉਂ ਲੱਗ ਰਹੀ ਹੈ? ਆਖਣ ਲੱਗਾ ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ। ਮੈਂ ਕਿਹਾ ਬੰਦਾ ਸਿੰਘ ਬਹਾਦਰ ਇੰਨਾ ਮੂਰਖ ਸੀ? ਉਹ ਤਾਂ ਬੜਾ ਸ਼ਾਰਪ ਦਿਮਾਗ ਸੀ, ਬੜਾ ਉਹਨੇ ਬੜਾ ਤਨਹੀ ਸੀ ਕਿ ਬੜੀ ਚੰਗੀ ਸੋਚ ਵਾਲਾ ਸਿੱਖ ਸੀ, ਉਹਨੇ ਸਵਾਲ ਨਾ ਕੀਤਾ ਹੋ? ਉਹ ਆਖਣ ਲੱਗਾ ਮੈਨੂੰ ਇਸ ਗੱਲ ਦਾ ਪਤਾ ਨਹੀਂ। ਮੈਂ ਕਿਹਾ ਫਿਰ ਅੱਗੇ ਲੈਕਚਰ ਦੇਣ ਤੋਂ ਪਹਿਲਾਂ ਇਹ ਤੈਨੂੰ ਸਵਾਲ ਕਲੀਅਰ ਕਰਨਾ ਪਵੇਗਾ। ਦੂਸਰਾ, ਮੈਂ ਕਿਹਾ ਬੰਦਾ ਸਿੰਘ ਬਹਾਦਰ ਨੇ ਕਿਤੇ ਵੀ ਹਿਸਟਰੀ ਚ ਗੁਰੂ ਨਹੀਂ ਖਵਾਇਆ, ਇਹ ਬਦ ਕਿਸਮ ਦੀ ਸਿੱਖ ਕੌਮ ਦੀ ਏ, ਸਿੱਖ ਕੌਮ ਦੀ ਇਤਨੀ ਸੋੜੀ ਸੋਚ, ਛੋਟੀ ਸੋਚ। ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬੱਚਾ ਵੀ ਜਿੰਦਾ ਰਹਿ ਜਾਂਦਾ, ਮੈਂ ਕਿਹਾ ਸਿੱਖਾਂ ਨੇ ਉਹਨੂੰ ਗੁਰੂ ਮੰਨ ਲੈਣਾ। ਜੇ ਪੰਜਾਂ ਪਿਆਰਿਆਂ ਚੋਂ ਇੱਕ ਵੀ ਸਿੱਖ ਜਿੰਦਾ ਰਹਿ ਜਾਂਦਾ, ਸਿੱਖਾਂ ਨੇ ਉਹਨੂੰ ਗੁਰੂ ਮੰਨ ਲੈਣਾ। ਇਹ ਜੇ ਸਿੱਖ ਕੌਮ ਦੇ ਉਸ ਟਾਈਮ ਦੇ ਕੁਝ ਲੋਕਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ, ਇਹਦਾ ਮਤਲਬ ਇਹ ਨਹੀਂ ਕਿ ਬੰਦਾ ਸਿੰਘ ਬਹਾਦਰ ਆਪਣੇ ਆਪ ਉਹਨੇ ਗੁਰੂ ਖਵਾਇਆ। ਮੈਂ ਕਿਹਾ ਦੁਨੀਆਂ ਦੀ ਹਿਸਟਰੀ ਦੇ ਵਿੱਚ ਬੇਅੰਤ ਸੰਤ ਹੋਏ ਨੇ, ਪਰ ਬੰਦਾ ਸਿੰਘ ਵਰਗਾ ਸੰਤ ਸਿਪਾਹੀ ਨਹੀਂ ਹੋਇਆ ਜਿਹਦੇ ਆਪਣੇ ਬੱਚੇ ਦਾ ਮਾਸ ਕੱਢ ਕੇ ਛੋਟੇ ਜਿਹੇ ਬਾਲ ਬੱਚੇ ਦਾ ਉਹਦੇ ਮੂੰਹ ਚ ਪਾਇਆ ਗਿਆ ਹੋਵੇ, ਫਿਰ ਉਹਨੂੰ ਬੰਦਾ ਸਿੰਘ ਬਹਾਦਰ ਨੂੰ ਸਵਾਲ ਕੀਤਾ ਹੋਵੇ ਕਿ ਬੰਦਿਆ ਤੂੰ ਖੁਸ਼ ਹੈ? ਬੰਦੇ ਬਹਾਦਰ, ਅਸੀਂ ਬੰਦਾ ਬਹਾਦਰ ਨਾਂ ਪ੍ਰਚਲ ਕਰ ਦਿੱਤਾ, ਵੈਸੇ ਉਹਨਾਂ ਦਾ ਨਾਂ ਗੁਰਮੁਖ ਸਿੰਘ ਸੀ, ਗੁਰਬਖਸ਼ ਸਿੰਘ, ਉਹਨਾਂ ਦਾ ਨਾਂ ਅੰਮ੍ਰਿਤ ਛਕਣ ਵੇਲੇ ਗੁਰਬਖਸ਼ ਸਿੰਘ ਹੋਇਆ। ਉਹਨੇ ਬੰਦੇ ਵਾਲੇ ਕੰਮ ਕੀਤੇ, ਬਹਾਦਰੀ ਵਾਲੇ ਕੰਮ ਕੀਤੇ, ਅਸੀਂ ਬੰਦਾ ਸਿੰਘ ਬਹਾਦਰ ਇਤਿਹਾਸ ਨੇ ਕਹਿਣਾ ਸ਼ੁਰੂ ਕਰ ਦਿੱਤਾ। ਵੈਸੇ ਗੁਰੂ ਮਹਾਰਾਜ ਨੇ ਉਹਦਾ ਨਾਂ ਜਦੋਂ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰਬਖਸ਼ ਸਿੰਘ ਰੱਖਿਆ। ਪਹਿਲਾ ਨਾਂ ਉਹਦਾ ਮਾਧੋ ਦਾਸ ਸੀ, ਬੈਰਾਗੀ, ਹਾਂਜੀ, ਲਕਸ਼ਮਣ ਦਾਸ ਸੀ, ਫਿਰ ਮਾਧੋ ਦਾਸ ਕਹਿਣਾ ਸ਼ੁਰੂ ਕਰ ਦਿੱਤਾ ਜਿੱਦਾਂ ਜਿੱਦਾਂ ਦੇ ਉਹਨੇ ਕੰਮ ਕੀਤੇ। ਉਹ ਮੈਂ ਕਿਹਾ ਦੁਨੀਆਂ 'ਤੇ ਕੋਈ ਹਿਸਟਰੀ ਹੈ ਕਿ ਇੱਕ ਇਨਸਾਨ ਦਾ ਉਹਦੇ ਬੱਚੇ ਦਾ ਮਾਸ ਕੱਢ ਕੇ ਜਿੰਦੇ ਦਾ ਉਹਦੇ ਮੂੰਹ 'ਚ ਪਾ ਤੜਹਾਇਆ ਜਾਵੇ, ਬੰਦਾ ਸਿੰਘ ਕਹੇ ਮੈਂ ਅੱਜ ਜਿੰਨਾ ਖੁਸ਼ ਨਹੀਂ, ਮੈਨੂੰ ਪਤਾ ਕਿ ਅੱਜ ਮੈਂ ਲਾੜੀ ਮੌਤ ਨੂੰ ਵਿਆਹ ਜਾਣਾ। ਇਹ ਹੈ ਸੰਤ ਸਬਾਈ ਦੀ ਪਰਿਭਾਸ਼ਾ। ਦੂਸਰੇ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਦਿਆਲਾ ਜੀ, ਭਾਈ ਉਹਨਾਂ ਨੇ ਸ਼ਹਾਦਤਾਂ ਕਿਉਂ ਦਿੱਤੀਆਂ? ਉਹ ਸੰਤ ਸਿਪਾਹੀ ਸਨ। ਕਈ ਵਾਰੀ ਮੈਂ ਇੱਕ ਹੋਰ ਸਾਡੇ ਵਿੱਚ ਇੱਕ ਵਿਚਾਰ ਚੱਲਦੀ ਏ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਬਾ ਬੁੱਢਾ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਭੁਲੇਖੇ ਨਾਲ ਪਹਿਨਾ ਦਿੱਤੀਆਂ। ਅਸਲ ਵਿੱਚ ਬਾਬਾ, ਜੇ ਹਿਸਟਰੀ ਅਸੀਂ ਪੜ੍ਹੀਏ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ ਤੋਂ ਸ਼ਸਤਰ ਵਿਦਿਆ ਸਿੱਖੀ ਸੀ। ਬਾਬਾ ਬੁੱਢਾ ਜੀ ਸ਼ਸਤਰਧਾਰੀ ਸਨ, ਸਫਲ ਨਿਪੁੰਨ ਸ਼ਸਤਰਧਾਰੀ ਸਨ, ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਮਝ ਲਿਆ ਸੀ ਕਿ ਜ਼ਾਲਮ ਜੋ ਜ਼ੁਲਮ ਹੈ, ਇਹ ਜ਼ਾਲਮ ਜ਼ੁਲਮ ਕਰਨੋਂ ਹਟੇਗਾ ਨਹੀਂ। ਆਪਣੇ ਆਉਣ ਵਾਲੇ ਵਾਰਸ ਨੂੰ ਗੁਰੂ ਮਹਾਰਾਜ ਨੇ ਸ਼ਸਤਰਧਾਰੀ ਲਈ ਬਣਾਇਆ। ਇਸੇ ਹੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਭਲੀ ਭਾਂਤ ਪਤਾ ਸੀ ਕਿ ਜ਼ਾਲਮ ਤੇ ਜ਼ੁਲਮ ਨੇ ਜ਼ੁਲਮ ਕਰਨੋਂ ਨਹੀਂ ਹਟਣਾ, ਤੇ ਗੁਰੂ ਮਹਾਰਾਜ ਨੇ ਆਪਣੇ ਆਉਣ ਵਾਲੇ ਸਿੱਖਾਂ ਦੇ, ਸਿੱਖ ਕੌਮ ਦੇ ਵਾਰਸ ਦਸ਼ਮੇਸ਼ ਪਿਤਾ ਨੂੰ ਬਾਲ ਅਵਸਥਾ ਵਿੱਚ ਸ਼ਸਤਰਧਾਰੀ ਪਹਿਨਾਇਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਤਨਾ ਕੁਝ ਹੁੰਦਿਆਂ ਸਿੱਖ ਕੌਮ ਦੇ ਨਾਲ ਇਹ ਤਸ਼ੱਦਦ ਕਿਉਂ ਹੋਇਆ? ਸਿੱਖ ਕੌਮ ਨਾਲ ਵਿਤਕਰਾ ਬਹੁਤ ਹੋਇਆ। ਕਈ ਵਾਰੀ ਅਸੀਂ ਵਿਚਾਰ ਕਰਦੇ ਸ਼ਾਇਦ 47 ਤੋਂ ਬਾਅਦ ਜਾਂ ਹੁਣ ਵਿਤਕਰਾ ਹੋਇਆ। ਸਿੱਖ ਕੌਮ ਨਾਲ ਵਿਤਕਰਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ, ਜੋ ਪੂਰਨ ਸੰਤ ਸਿਪਾਹੀ ਸਨ ਗੁਰੂ ਨਾਨਕ ਦੇਵ ਜੀ, ਪੂਰਨ।
ਕੋਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਸੀ। ਉਹ ਲੜਾਕੇ ਵੀ ਸਨ, ਉਹ ਬਾਬਰ ਨੂੰ ਬਾਬਰ ਦੇ ਘੋੜੇ ਦੀ ਲਗਾਮ ਫੜ ਕੇ ਇਹ ਵੀ ਆਖ ਸਕਦੇ ਸਨ, ਦੁਨੀਆ ਦੇ ਕੁਛ ਸੰਤ ਹੋਇਆ ਜਿਹਨੇ ਆਖਿਆ ਬਾਬਰਾ ਤੂੰ ਜਾਬਰੇ ਜ਼ੁਲਮ ਕਰਨਾ ਬੰਦ ਕਰ। ਡਿਸਕ੍ਰਿਮੀਨੇਸ਼ਨ ਜੋ ਵਿਤਕਰਾ ਹੈ, ਜੋ ਖਤਮ ਕਰਨ ਦੀ ਸਾਜਿਸ਼, ਹਿੰਦੁਸਤਾਨ ਦੇ ਬ੍ਰਾਹਮਣ ਨੇ ਗੁਰੂ ਨਾਨਕ ਦੇਵ ਜੀ ਨੂੰ ਬਾਲ ਅਵਸਥਾ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ। ਗੁਰੂ ਮਹਾਰਾਜ ਕਰਮਕਾਂਡੀ ਨਹੀਂ ਸਨ, ਗੁਰੂ ਮਹਾਰਾਜ ਨੇ ਕਰਮਕਾਂਡ ਨੂੰ ਬ੍ਰਾਹਮਣਵਾਦ ਦੇ ਨੂੰ ਨਹੀਂ ਮੰਨਿਆ। ਗੁਰੂ ਮਹਾਰਾਜ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਇਸ ਦੁਨੀਆਂ ਤੇ ਆਏ ਸਨ, ਸੱਚ ਦਾ ਪਹਿਰਾ ਦੇਣ ਲਈ, ਸੱਚ ਦੀ ਆਵਾਜ਼ ਬੁਲੰਦ ਕਰਨ ਲਈ। ਗੁਰੂ ਮਹਾਰਾਜ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਆਪ ਜੀ ਨੇ ਪਤਾ ਹੈ ਚੱਲ ਬਟਾਲੇ ਅਜੇ ਤੱਕ ਉਹ ਦੀਵਾਰ ਖੜੀ ਹੈ, ਗੁਰੂ ਮਹਾਰਾਜ ਨੇ ਇਨਕਾਰ ਕਰਤਾ। ਲਾਵਾਂ ਜੋ ਉਸ ਸਮੇਂ ਜੋ ਵੇਦੀ ਦੇ ਨਾਲ ਫੇਰੇ ਕਰਦੇ ਸਨ, ਸੱਤ ਫੇਰੇ ਅਗਨੀ ਦੁਆਰੇ, ਮਹਾਰਾਜ ਨੇ ਆਖਿਆ ਨਹੀਂ। ਗੁਰੂ ਮਹਾਰਾਜ ਨੇ ਜਨੇਊ ਪਾਉਣ ਵਾਸਤੇ ਆਖਿਆ ਨਹੀਂ, ਕਿਉਂਕਿ ਬੇਸ਼ੱਕ ਉਸ ਸਮਾਜ ਵਿੱਚ ਪੈਦਾ ਹੋਏ, ਪਰ ਅਸੀਂ ਅੱਜ ਫਿਰ ਕਰਮਕਾਂਡਾਂ ਵਿੱਚ ਫਸੇ ਹੋਏ ਹਾਂ। ਕਰਮਕਾਂਡ ਸਾਡਾ ਹਜੇ ਖਹਿੜਾ ਨਹੀਂ ਛੱਡਦੇ, ਕਿਉਂਕਿ ਅਸੀਂ ਉਹ ਸਾਡੀ ਗੁਰੂ ਨਾਨਕ ਦੀ ਫਿਲੋਸਫੀ, ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਸਮਝ ਨਹੀਂ ਪਾ ਰਹੇ। ਸਾਨੂੰ ਉਹਦੀ ਸਮਝ ਨਹੀਂ ਪੈ ਰਹੀ ਕਿ ਗੁਰੂ ਨਾਨਕ ਮਹਾਰਾਜ ਦਾ 237 ਸਾਲ ਲਾ ਕੇ ਗੁਰੂ ਨਾਨਕ ਦੇਵ ਜੀ ਤੋਂ ਪੀਰੀਅਡ ਬਣਦਾ ਗੁਰੂ ਗੋਬਿੰਦ ਸਿੰਘ, 237 ਸਾਲ ਤਕਰੀਬਨ ਉਹਨਾਂ ਨੇ ਮਹਾਰਾਜ ਨੇ ਸਾਨੂੰ ਜਾਤ ਪਾਤ ਊਚ ਨੀਚ ਇਲਾਕਾਵਾਦ ਤੋਂ ਕੱਢਿਆ, ਪਰ ਅਸੀਂ ਅਜੇ ਸਾਰੇ ਅਹੁਦੇ ਵਿੱਚ ਫਸੇ ਹੋਏ ਹਾਂ। ਕਾਰਨ ਕੀ ਹੈ ਕਿ ਅਸੀਂ ਗੁਰਬਾਣੀ ਤੇ ਗੁਰੂ ਨੂੰ ਸਮਝਿਆ ਨਹੀਂ। ਜੇ ਅਸੀਂ ਸਮਝਿਆ ਹੁੰਦਾ ਸਾਡੀ ਸਿੱਖ ਕੌਮ ਦੀ ਹਾਲ ਨਹੀਂ ਸੀ ਹੋਣਾ। 1947 ਤੋਂ ਪਹਿਲਾਂ 1947 ਤੋਂ ਪਹਿਲਾਂ ਸਾਡੀ ਜੋ ਸਿੱਖ ਕੌਮ ਦੀ ਵਾਗਡੋਰ ਜਿਨ੍ਹਾਂ ਅਕਾਲੀ ਲੀਡਰਾਂ ਦੇ ਪਾਸ ਸੀ, ਉਹ ਸੰਤ ਸਿਪਾਹੀ ਨਹੀਂ ਸਨ। ਉਹਨਾਂ ਕੋਲ ਦੋਵਾਂ ਚੋਂ ਇੱਕ ਵੀ ਗੁਣ ਨਹੀਂ ਸੀ। ਜੇ ਉਹਨਾਂ ਕੋਲ ਗੁਣ ਹੁੰਦਾ ਅੱਜ ਸਿੱਖ ਕੌਮ ਦਾ ਚੰਗਾ ਕਿਸੇ ਜਗ੍ਹਾ ਤੇ ਰਾਜ ਪਾਕ ਹੁੰਦਾ। ਦੂਸਰੇ ਬੰਨੇ ਜੋ ਬ੍ਰਾਹਮਣਵਾਦ ਸੀ ਹਿੰਦੁਸਤਾਨ ਦਾ, ਜਿਹਦੇ ਬਾਰੇ ਮੈਂ ਦੱਸ ਚੁੱਕਾ ਕਿ ਉਹ ਬ੍ਰਾਹਮਣਵਾਦ ਦਾ ਇੱਕ ਕੰਸਟੀਟਿਊਟ ਕਹਿੰਦਾ ਕਿ ਇਹ ਜਿਹੜੇ ਮਜ਼ਲੂਮ ਗਰੀਬ ਲੋਕ ਨੇ, ਘੱਟ ਗਿਣਤੀ ਨੇ, ਇਹ ਸਾਰੇ ਹਿੰਦੂ ਧਰਮ ਦੇ ਵਿੱਚ ਸਮਾਜ ਆ। ਮੈਂ ਅੱਗੇ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਸ਼ੇਅਰ ਕਰਨੀ ਚਾਹੁੰਦਾ। ਪੈਰਿਸ ਦੇ ਵਿੱਚ ਇੱਕ ਬੀਬੀ, ਜੋ ਇੰਡੀਆ ਟੂਡੇ ਪੇਪਰ ਨਿਕਲਦਾ ਮੈਗਜ਼ੀਨ, ਉਹਦੀ ਕੋਰਸਪੋਂਡੈਂਸ ਸੀ ਯੂਰਪ ਦੀ, ਉਹ ਬੈਠੀ ਹੈ, ਫੋਨ ਕੀਤਾ। ਉਹਨੇ 84 ਤੋਂ ਬਾਅਦ ਅਟੈਕ ਹੋਇਆ, ਉਹਨੇ ਸੋਚਿਆ ਸਿੱਖਾਂ ਦੀ ਇੰਟਰਵਿਊ ਕੀਤੀ ਜਾਵੇ। ਉਹਨੇ ਮੈਨੂੰ ਕਾਲ ਕੀਤੀ ਕਿ ਤੇਰੀ ਮੈਂ ਇੰਟਰਵਿਊ ਕਰਨੀ ਚਾਹੁੰਦੀ ਹਾਂ। ਮੈਂ ਕਿਹਾ ਦੱਸੋ, ਉਹਨੇ ਆਪਣੀ ਰੈਫਰੈਂਸ ਦੱਸੀ। ਮੈਂ ਕਿਹਾ ਮੈਂ ਨਾ ਸਿੱਖ ਲੀਡਰ ਆ ਪੋਲੀਟੀਕਲ, ਨਾ ਧਾਰਮਿਕ ਲੀਡਰ, ਬੜੇ ਬੜੇ ਇੰਗਲੈਂਡ ਹੋਰ ਕੰਟਰੀਆਂ 'ਚ ਬੜੇ ਬੜੇ ਲੀਡਰ ਨੇ ਖਾਲਿਸਤਾਨੀ, ਤੂੰ ਉਹਨਾਂ ਦੀ ਜਾ ਕੇ ਇੰਟਰਵਿਊ ਕਰ। ਕਹਿੰਦੀ ਮੈਨੂੰ ਹੁਕਮ ਹੋਇਆ ਮੇਰੇ ਪੇਪਰਾਂ ਵੱਲੋਂ ਕਿ ਮੈਂ ਤੇਰੀ ਇੰਟਰਵਿਊ ਕਰਨੀ ਹੈ। ਮੈਂ ਕਿਹਾ ਠੀਕ ਹੈ, ਮੈਂ ਇੰਟਰਵਿਊ ਦਾਂਗਾ, ਪਰ ਤੂੰ ਗੁਰਦੁਆਰਾ ਸਾਹਿਬ ਆਈ, ਮੈਂ ਤੈਨੂੰ ਇਕੱਲੇ ਨੇ ਇੰਟਰਵਿਊ ਦੇਣੀ ਨਹੀਂ, ਕਿਉਂਕਿ ਤੁਸੀਂ ਪੱਤਰਕਾਰ ਉਹ ਤੋਰ ਮਰੋੜ ਕੇ ਗੱਲ ਕਰ ਦਿੰਦੇ। ਉਹ ਆਈ ਬੀਬੀ, ਗੁਰਦੁਆਰਾ ਸਾਹਿਬ ਬੈਠੇ। ਮੈਂ ਕਿਹਾ ਕਿਹੜੀ ਭਾਸ਼ਾ ਤੂੰ ਇੰਟਰਵਿਊ ਕਰਨੀ ਚਾਹੁੰਦੀ ਹੈ? ਹਜੇ ਬਾਕੀ ਗੁਰਸਿੱਖ ਵੀ ਬੈਠੇ ਸਨ। ਉਹ ਆਖਣ ਲੱਗੀ, ਵੈਸੇ ਤਾਂ ਮੈਂ ਪੰਜਾਬ ਦੀ ਸਿੱਖਾਂ ਦੀ ਲੜਕੀ ਹਾਂ, ਤੇ ਇੱਕ ਉਹਨੇ ਹੋਰ ਆਪਣੀ ਬੈਕਗ੍ਰਾਉਂਡ ਦੀ ਰੈਫਰੈਂਸ ਦਿੱਤੀ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੇ ਅਟੈਕ ਹੋਇਆ ਜੂਨ 1984 ਵਿੱਚ, ਜਿਹੜਾ ਉਸਦਾ ਨੁਕਸਾਨ ਹੋਇਆ ਉਹਦੇ ਵਾਸਤੇ 3 ਮੈਂਬਰੀ ਇੱਕ ਟੀਮ ਬਣੀ ਸੀ ਕਮੇਟੀ, ਉਹਦੇ ਵਿੱਚ ਇੱਕ ਬ੍ਰਿਗੇਡੀਅਰ ਮੇਰਾ ਪਿਤਾ ਸੀ ਸਿੱਖ, 3 ਸਿੱਖਾਂ ਦੀ ਟੀਮ ਬਣੀ ਸੀ ਇਹ ਜਾਇਜ਼ਾ ਲੈਣ ਲਈ ਕਿ ਸਿੱਖਾਂ ਦਾ ਕੀ ਨੁਕਸਾਨ ਹੋਇਆ। ਮੈਂ ਵੀ ਕਹਿੰਦੀ ਉਸਦੀ ਲੜਕੀ ਹਾਂ, ਪਰ ਮੈਂ ਹੁਣ ਹਿੰਦੂ ਧਰਮ ਅਡੋਪਟ ਕਰ ਲਿਆ। ਮੈਂ ਕਿਹਾ ਕੰਮ ਬੜਾ ਠੀਕ ਆਇਆ ਅੱਜ। ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੋਈ ਏ ਕਿ ਅੱਜ ਤੇਰੇ ਨਾਲ ਵਾਰਤਾਲਾਪ ਕਰਨ ਦਾ ਮੌਕਾ ਮਿਲਿਆ। ਮੈਂ ਕਿਹਾ ਕ੍ਰਿਸਚਨ ਬਣਨ ਵਾਸਤੇ ਬਪਟਾਈਜ਼ ਹੋਣਾ ਪੈਂਦਾ, ਮੁਸਲਮਾਨ ਵਾਸਤੇ ਕਲਮਾ ਪੜ੍ਹਨੀਆਂ ਪੈਂਦੀਆਂ, ਮੌਲਵੀ ਕੋ ਜਾਈਦਾ ਫੇਰ ਮੁਸਲਮਾਨ ਬਣੀਦਾ, ਸਿੱਖਾਂ ਵਾਸਤੇ ਅੰਮ੍ਰਿਤ ਛਕਣਾ ਪੈਂਦਾ, 5 ਕਾਹ ਰੱਖਣੇ ਪੈਂਦੇ, ਗੁਰੂ ਧਾਰਨ ਕਰਨਾ ਪੈਂਦਾ। ਮੈਨੂੰ ਤੂੰ ਇਹ ਗੱਲ ਦੱਸ ਵੀ ਤੂੰ ਹਿੰਦੂ ਕਿਸ ਤਰ੍ਹਾਂ ਬਣੀ? ਉਹਨੂੰ ਕੰਬਣੀ ਛੱਡ ਗਈ। ਉਹ ਕਹਿੰਦੀ ਮੈਂ ਤਾਂ ਕੁਛ ਵੀ ਨਹੀਂ ਕੀਤਾ। ਮੈਂ ਕਿਹਾ ਹਰ ਧਰਮ ਦਾ ਸਿਧਾਂਤ ਏ, ਹਰ ਧਰਮ ਦਾ ਕੰਸਟੀਟਿਊਸ਼ਨ ਇੱਕ ਰਹਿਤ ਮਰਿਆਦਾ ਏ, ਹਿੰਦੂ ਧਰਮ ਦੀ ਕੀ ਰਹਿਤ ਮਰਿਆਦਾ ਏ? ਉਹ ਕਹਿੰਦੀ ਕੋਈ ਨਹੀਂ। ਪਹਿਲਾਂ ਆਖਣ ਲੱਗੀ ਸ਼ਾਇਦ ਕੋਈ ਹੋਵੇਗੀ, ਫਿਰ ਸੋਚ ਕੇ ਆਖਣ ਲੱਗੀ ਕੋਈ ਨਹੀਂ। ਮੈਂ ਕਿਹਾ ਫਿਰ ਧਰਮ ਕਿਸ ਤਰ੍ਹਾਂ ਦਾ ਹੋਇਆ? ਇੱਕ ਸਰਕਾਰ ਹੈ, ਸਰਕਾਰ ਦਾ ਕੰਸਟੀਟਿਊਸ਼ਨ ਹੈ,
ਇਹ ਕੌਮ ਆ, ਕੌਮ ਦਾ ਕੰਸਟੀਟਿਊਸ਼ਨ ਆ, ਉਹਦਾ ਸੰਵਿਧਾਨ ਆ ਕਿ ਇਸ ਤਰ੍ਹਾਂ ਜਿੱਦਾਂ ਸਿੱਖਾਂ ਦੀ ਰਹਿਤ ਮਰਿਆਦਾ, ਇਹ ਸਾਡਾ ਸੰਵਿਧਾਨ ਹੈ, ਇਸ ਸੰਵਿਧਾਨ ਤੋਂ ਜਦੋਂ ਬਾਹਰ ਜਾਵਾਂਗੇ ਸਾਨੂੰ ਮਾਰ ਪਏਗੀ। ਉਹ ਸੋਚ ਕੇ ਆਖਣ ਲੱਗੀ ਕਿ ਮੈਂ ਤਾਂ ਕੁਛ ਨਹੀਂ ਕੀਤਾ। ਮੈਂ ਕਿਹਾ ਫਿਰ ਇਹਦਾ ਮਤਲਬ ਤੂੰ ਹਿੰਦੂ ਨਹੀਂ? ਕਹਿੰਦੀ ਹੈ ਤਾਂ ਮੈਂ ਹਿੰਦੂ। ਮੈਂ ਕਿਹਾ ਫਿਰ ਤੈਨੂੰ ਇਹਦੀ ਹਿੰਦੂ ਦੀ ਪਰਿਭਾਸ਼ਾ ਦੱਸਣੀ ਪਏਗੀ। ਹਰ ਧਰਮ ਦੀ ਇੱਕ ਡੈਫੀਨੇਸ਼ਨ ਆ, ਸਿੱਖ ਦੀ ਡੈਫੀਨੇਸ਼ਨ ਆ, ਸਿੱਖ ਦਾੜੀ ਕੇਸ ਰੱਖਦਾ, ਅੰਮ੍ਰਿਤ ਛਕਦਾ, ਕਕਾਰ ਪਾਉਂਦਾ, ਅੰਮ੍ਰਿਤ ਛੱਡਦਾ, ਡੈਫੀਨੇਸ਼ਨ ਸਿੱਖ ਦੀ। ਉਹ ਆਖਣ ਲੱਗੀ ਮੈਨੂੰ ਥੋੜੇ ਦਿਨ ਦਿਓ। ਮੈਂ ਕਿਹਾ ਜਿੱਦਣ ਤੂੰ ਇਹ ਮੈਨੂੰ ਸਵਾਲ ਦਾ ਜਵਾਬ ਦੇ ਦੇਂਗੀ ਮੈਂ ਤੈਨੂੰ ਇੰਟਰਵਿਊ ਦੇ ਦਾਂਗਾ। ਉਹ ਆਖਣ ਲੱਗੀ ਮੈਨੂੰ ਸ੍ਰੀ ਲੰਕਾ ਜਾਣਾ ਪਵੇਗਾ ਪੜ੍ਹਨ ਲਈ, ਵੇਦ ਸ਼ਾਸਤਰ ਉੱਥੇ ਬਹੁਤ ਨੇ। ਮੈਂ ਕਿਹਾ ਤੂੰ ਜਿੱਥੇ ਮਰਜ਼ੀ ਜਾ। ਉਹ 15 ਦਿਨ ਦਾ ਟਾਈਮ ਲੈ ਕੇ, ਮੈਂ ਕਿਹਾ ਬੇਸ਼ੱਕ ਇੱਕ ਮਹੀਨੇ ਦਾ ਲੈ ਚਲੇ ਗਈ। 15 ਕੁ ਦਿਨ ਬਾਅਦ ਫੋਨ ਆਇਆ, ਕਹਿੰਦੀ ਆਖਣ ਲੱਗੀ ਮੈਂ ਸਿੰਘ ਆ ਗਈ ਹਾਂ ਅਤੇ ਤੇਰੀ ਮੈਂ ਇੰਟਰਵਿਊ ਕਰਨਾ ਚਾਹੁੰਦੀ। ਮੈਂ ਕਿਹਾ ਉਸੇ ਗੁਰਦੁਆਰਾ ਸਾਹਿਬ ਫੇਰ ਆ ਜੀ, ਐਤਵਾਰ ਨੂੰ ਸੰਗਤ ਦੇ ਸਾਹਮਣੇ ਹੋਏਗੀ। ਆ ਗਈ। ਉਹ ਆਖਣ ਲੱਗੀ ਮੈਨੂੰ ਦੁਨੀਆਂ ਦੇ ਉੱਤੇ ਮੈਂ ਬੜੇ ਫੋਨ ਕੀਤੇ, ਮੈਂ ਇੰਡੀਆ ਗਈ, ਹੋਰ ਜਿੱਥੇ ਜਿੱਥੇ ਮੈਂ ਜਾ ਸਕਦੀ ਗਈ, ਮੈਨੂੰ ਕਿਸੇ ਇੱਕ ਬੰਦੇ ਨੇ ਇਹ ਸਪਸ਼ਟ ਨਹੀਂ ਕਰ ਸਕਿਆ ਕਿ ਹਿੰਦੂ ਧਰਮ ਦਾ ਸੰਵਿਧਾਨ ਕੀ ਹੈ, ਹਿੰਦੂ ਕਿਸ ਤਰ੍ਹਾਂ ਬਣਿਆ ਜਾਂਦਾ। ਮੈਂ ਕਿਹਾ ਫਿਰ ਤੂੰ ਕੀ ਸਮਝਦੀ ਹੈ? ਕਹਿੰਦੀ ਤੁਸੀਂ ਦੱਸੋ। ਮੈਂ ਕਿਹਾ ਇਹਦਾ ਮਤਲਬ ਕੋਈ ਧਰਮ ਨਹੀਂ ਹਿੰਦੂ? ਉਹ ਕਹਿੰਦੀ ਮੈਂ ਪ੍ਰਵਾਨ ਕਰਦੀ ਹਾਂ। ਮੈਂ ਕਿਹਾ ਤੈਨੂੰ ਆਪਣੇ ਆਰਟੀਕਲ ਜਿਹੜੀ ਮੇਰੀ ਇੰਟਰਵਿਊ ਫਸਟ ਲਿਖਣਾ ਪਵੇਗਾ ਕਿ ਮੈਨੂੰ ਇੱਕ ਸਿੱਖ ਨੇ ਸਵਾਲ ਕੀਤਾ ਕਿ ਹਿੰਦੂ ਧਰਮ ਨਾਂ ਦਾ ਧਰਮ ਨਹੀਂ, ਜਿਸ ਧਰਮ ਦੀ ਪਰਿਭਾਸ਼ਾ ਨਹੀਂ, ਡੈਫੀਨੇਸ਼ਨ ਨਹੀਂ, ਕੰਸਟੀਟਿਊਸ਼ਨ ਨਹੀਂ, ਉਹ ਧਰਮ ਨਹੀਂ, ਜਿਹਦੀ ਰਹਿਤ ਮਰਿਆਦਾ ਨਹੀਂ। ਕਹਿੰਦੀ ਮੈਂ ਲਿਖਾਂਗੀ। ਮੈਂ ਕਿਹਾ ਤੂੰ ਇੰਟਰਵਿਊ 'ਤੇ ਛਾਪਣਾ ਹੋਵੇਗਾ। ਉਹਨੇ ਇੰਟਰਵਿਊ ਲਈ, ਜੋ ਜਨਰਲ ਸਵਾਲ ਸੰਪੁੱਟ ਕੀਤੇ, ਹੈਰਾਨ ਹੋ ਗਈ। ਉਹਨੇ ਉਹ ਲਿਖਿਆ ਵੀ। ਸੋ ਇਹ ਸਾਡੇ ਜੋ ਸਿੱਖ ਸਨ, ਜਦੋਂ 1947 ਤੋਂ ਬਾਅਦ ਜੋ ਹੋਇਆ, ਇੱਕ ਬੰਨੇ ਚਤਰ ਚਲਾਕ ਬ੍ਰਾਹਮਣ ਸੀ ਜੋ ਸਾਰੀਆਂ ਸ਼ਡੂਰ ਛੋਟੀਆਂ ਜਾਤਾਂ ਨੂੰ ਆਪਣੇ ਖਿੱਚ ਕੇ ਹਿੰਦੂ ਬਣਾ ਰਿਹਾ ਸੀ। ਉਹ ਲਿਖ ਰਿਹਾ ਸੀ ਕਿ ਹਿੰਦੂ ਹੋ ਤੁਸੀਂ, ਸਾਡੀ ਵੋਟ ਹੋ ਤੁਸੀਂ, ਸਾਡੇ ਹੋ। ਦੂਸਰੇ ਸਾਡੇ ਜੋ ਸਿੱਖ ਸਨ, ਇਹ ਦੂਰ ਅੰਦੇਸ਼ ਨਹੀਂ ਸਨ, ਇਹਨਾਂ 'ਚ ਸੰਤ ਸਿਪਾਹੀ ਵਾਲੇ ਉਹ ਗੁਣ ਨਹੀਂ ਸਨ। ਇਸ ਕਰਕੇ ਸਾਨੂੰ ਸਾਡੇ ਲੀਡਰਾਂ ਨੇ ਹਿੰਦੁਸਤਾਨ ਦੇ ਬ੍ਰਾਹਮਣਵਾਦ ਦੇ ਰਹਿਮ ਤੇ ਛੱਡ ਦਿੱਤਾ ਕਿ ਜੇ ਹਿੰਦੁਸਤਾਨ ਦਾ ਬ੍ਰਾਹਮਣ ਸਿੱਖਾਂ ਤੇ ਰਹਿਮ ਕਰਦਾ ਤੇ ਹਿੰਦੁਸਤਾਨ ਦੇ ਬ੍ਰਾਹਮਣ ਜਿੰਦੇ ਨਹੀਂ। ਖਤਮਾ ਜੋ ਹਾਲਾਤ ਆਪਦੇ ਦੇ ਸਾਹਮਣੇ ਹੈ ਕਿ ਹਿੰਦੁਸਤਾਨ ਦੀ ਉਸ ਧਰਤੀ ਤੇ 1947 ਤੋਂ ਪਹਿਲਾਂ ਜੋ ਇਹ ਬ੍ਰਿਟਿਸ਼ ਦੀ ਬ੍ਰਿਟੇਨ ਦੀ ਫੌਜ ਸੀ, 52% ਸਿੱਖ ਸਨ, ਅੱਜ 2% ਸਿੱਖ ਨੇ। ਕਿਉਂ ਨੇ? ਉਹਨਾਂ ਨੂੰ ਪਤਾ ਲੱਗ ਗਿਆ ਕਿ ਜੇ ਸਿੱਖਾਂ ਦੀ ਫੌਜ ਵੀ ਸਟਰੋਂਗ ਹੋਈ, ਉਹਨਾਂ ਨੇ ਹਰ ਤਰ੍ਹਾਂ ਸਿੱਖਾਂ ਨੂੰ ਘਸਿਆਰੇ, ਸਿੱਖਾਂ ਨੂੰ ਖਤਮ ਕਰਨ ਦੀ ਮੁੜ ਤੋਂ ਸਾਜਿਸ਼ ਰਚੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਫਿਲੋਸਫੀ ਨੇ ਇਹ ਐਲਾਨ ਕਰ ਦਿੱਤਾ ਕਿ ਜੇ ਹਿੰਦੁਸਤਾਨ ਦੇ ਵਿੱਚ ਸਿੱਖ ਪ੍ਰਫੁੱਲਤ ਹੁੰਦੇ ਨੇ, ਹਿੰਦੁਸਤਾਨ ਦਾ ਬ੍ਰਾਹਮਣਵਾਦ ਦਾ ਖਾਤਮਾ ਹੋ ਜਾਂਦਾ, ਕਿਉਂਕਿ ਉਹਦਾ ਕੋਈ ਕੰਸਟੀਟਿਊਸ਼ਨ, ਕੋਈ ਡੈਫੀਨੇਸ਼ਨ ਨਹੀਂ, ਕੋਈ ਪਰਿਭਾਸ਼ਾ ਨਹੀਂ, ਕੋਈ ਉਹਨਾਂ ਦਾ ਵਿਧਾਨ ਨਹੀਂ, ਉਹਨਾਂ ਕੋਲ ਕੁਛ ਨਹੀਂ ਹੈ। ਇਹ ਉਸ ਪਰੀਪੂਤ ਜਾਣਦੇ ਨੇ, ਇਸ ਕਰਕੇ ਉਹਨਾਂ ਨੇ 1947 ਵਿੱਚ ਸਿੱਖਾਂ ਨਾਲ ਵਾਅਦੇ ਕੀਤੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿੱਖ ਕੌਮ ਵੀ ਅਲੱਗ ਹੋ ਸਕਦੀ ਏ। ਉਧਰ ਹਿੰਦੁਸਤਾਨ ਦੇ ਵਿੱਚ ਮੁਸਲਮਾਨ 20% ਸਨ, ਸਿੱਖ 2% ਤੋਂ ਵੀ ਘੱਟ ਸਨ, ਤੇ 80-82% ਬ੍ਰਾਹਮਣਵਾਦ ਨੇ ਹਿੰਦੂਆਂ ਨੂੰ ਸਾਰਿਆਂ ਨੂੰ ਇਕੱਠਾ ਇੱਕ ਕੌਮ ਬਣਾਇਆ ਹੋਇਆ ਸੀ। ਉਹਨਾਂ ਨੇ ਲਾਰੇ ਲਾਏ, ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੋਰਚੇ ਚੱਲੇ ਉਹਨਾਂ ਦੇ ਵਿੱਚ ਉਹਨਾਂ ਨੇ ਸਾਨੂੰ ਤਾਰਾਂ ਦਿੱਤੀਆਂ, ਸਾਨੂੰ ਖੁਸ਼ੀ ਪ੍ਰਗਟਾਈ ਕਿ ਜੋ ਇਹ ਜਿੱਤਾਂ ਹੋ ਰਹੀਆਂ ਨੇ ਖਾਲਸਾ ਜੀ, ਸਮਝ ਲਓ ਹਿੰਦੁਸਤਾਨ ਦੀ ਆਜ਼ਾਦੀ ਮਿਲ ਰਹੀ ਏ। ਉਧਰ ਜੋ ਅੰਗਰੇਜ਼ ਗੌਰਮੈਂਟ ਸੀ, ਇਹ ਸੈਕੰਡ ਵਰਲਡ ਵਾਰ 'ਚ ਬਹੁਤ ਕਮਜ਼ੋਰ ਹੋ ਚੁੱਕੀ ਸੀ। ਇਹਨਾਂ ਨੂੰ ਭਲੀਭੂਤ ਪਤਾ ਸੀ ਕਿ ਹੁਣ ਕਿਸੇ ਹਰ ਹਾਲਤ ਵਿੱਚ ਹਿੰਦੁਸਤਾਨ ਨੂੰ ਆਜ਼ਾਦ ਕਰਨਾ ਪੈਣਾ। ਉਹਨਾਂ ਨੇ 3 ਕੌਮਾਂ ਨੂੰ ਚੁਣਿਆ। ਇੱਕ ਬੰਨੇ ਸਾਡੇ ਜੋ ਅਖੌਤੀ ਲੀਡਰ ਸਨ, ਜੇ ਉਹਨਾਂ 'ਚ ਸੰਤ ਸਿਪਾਹੀ ਦਾ ਗੁਣ ਹੁੰਦਾ, ਉਹ ਆਖਦੇ ਕਿ ਸਾਨੂੰ ਇੰਨੀ ਬੇਸ਼ੱਕ ਧਰਤੀ ਦੇ ਦਿਓ, ਅਸੀਂ ਇੱਥੇ ਆਪਣਾ ਖਾਲਸਾ ਰਾਜ ਕਾਇਮ ਕਰਨਾ, ਹਲੀਮੀ ਰਾਜ ਕਾਇਮ ਕਰਨਾ, ਨਾ ਬੰਦਗੀ ਵਾਲੇ ਬੰਦੇ ਆਉਣਗੇ। ਫਿਰ ਉੱਥੇ ਸਾਨੂੰ ਇਹ ਕਹਿਣਾ ਨਹੀਂ ਸੀ ਪੈਣਾ ਤਖ਼ਤ ਬਹਿ ਤਖ਼ਤ ਤੇ ਲਿਆਏ, ਕਿਉਂਕਿ ਤਖ਼ਤ ਦੇ ਉੱਤੇ ਲਾਇਕ ਆਦਮੀ ਬੈਠਦੇ ਸਨ। ਉਹਨਾਂ ਨੇ ਹੇਰਾਫੇਰੀ ਕਰਕੇ ਸਾਨੂੰ ਇਤਨਾ ਜ਼ਿਆਦਾ 47 ਵਿੱਚ ਨੁਕਸਾਨ ਹੋਇਆ ਜਿਸਦਾ ਹਿਸਾਬ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਬੜੀ ਸਾਜਿਸ਼ ਨਾਲ ਪੰਜਾਬ ਦੀ ਧਰਤੀ ਤੇ, ਜਿੱਥੇ ਬਹੁ ਗਿਣਤੀ ਸਿੱਖਾਂ ਦੀ ਸੀ, ਉੱਥੇ ਬਹੁ ਗਿਣਤੀ ਲਿਆ ਕੇ ਹਿੰਦੂਆਂ ਦੀ ਬਿਠਾਈ ਪਾਕਿਸਤਾਨ ਤੋਂ,
ਜਿੱਥੇ ਹਿੰਦੂ ਸਨ ਉੱਥੇ ਥੋੜੇ ਜਿਹੇ ਸਿੱਖ, ਰੋਹਤਕ ਹੋਰ ਸਟੇਟਾਂ 'ਚ ਆਪਣੇ ਹਿੰਦੁਸਤਾਨ ਦੇਖਿਆ ਵਾੜ ਤੇ। ਸਾਨੂੰ ਇੱਕ ਜਗ੍ਹਾ ਇਕੱਠੇ ਨਹੀਂ ਹੋਣ ਦਿੱਤਾ ਕਿ ਖਾਲਸਾ ਆਪਣਾ ਕੋਈ ਰਾਜ ਭਾਗ ਕਾਇਮ ਨਾ ਕਰ ਸਕੇ। ਦੂਜੀ ਉਹਨਾਂ ਨੇ ਬੜੀ ਇੱਕ ਬੜੇ ਤਰੀਕੇ ਦੇ ਨਾਲ ਸਾਜਿਸ਼ ਰਚੀ ਕਿ ਲਾਹੌਰ ਜੋ ਸੀ, ਜਿਹਦੇ ਨਾਲ ਸਿੱਖਾਂ ਦੀ ਸੋਚ ਸੀ ਕਿ ਸਾਡੀ ਇਹ ਕੈਪੀਟਲ ਰਹੀਏ, ਰਾਜਧਾਨੀ ਰਹੀਏ, ਉਹਨਾਂ ਨੇ ਪਾਕਿਸਤਾਨ ਨੂੰ ਦੇ ਦਿੱਤਾ। ਚੰਗੇ ਜਿਹੜੇ ਸੁੰਦਰ ਗੁਰਦੁਆਰੇ ਸਨ ਅਲੀਸ਼ਾਨ, ਉਹ ਪਾਕਿਸਤਾਨ ਛੱਡ ਤੇ। ਜਿਹੜੀ ਸਭ ਤੋਂ ਅਮੀਰ ਵਧੀਆ ਧਰਤੀ ਏ ਪੰਜਾਬ ਦੀ, ਉਹ ਪਾਕਿਸਤਾਨ ਚਲੇ ਗਈ। ਜਿਹੜਾ ਸਿੱਖਾਂ ਦਾ 17,000 ਮਰਬਾ ਜ਼ਮੀਨ ਹਜੇ ਵੀ ਪਾਕਿਸਤਾਨ ਵਿੱਚ, ਜਿਹੜੀ ਸਿੱਖਾਂ ਦੇ ਨਾਂ ਬੋਲਦੀ ਏ, ਉਹਨਾਂ ਨੇ ਉਹ ਟੈਂਪਰੇਰੀ ਤੌਰ ਤੇ ਉਹ ਲੀਜ਼ ਤੇ 100 ਸਾਲ ਲਈ ਫੌਜੀਆਂ ਨੂੰ ਹੁਰਮ ਦਿੱਤੀ ਹੋਈ। ਉਸ ਸਮੇਂ ਦੇ ਉਹਨਾਂ ਨੇ ਉਸ ਸਮੇਂ ਇੱਕ ਬੰਨੇ ਬ੍ਰਾਹਮਣ ਚਤਰ ਚਲਾਕ ਸਨ, ਇੱਕ ਬੰਨੇ ਸਿੱਖ ਸਨ, ਇੱਕ ਬੰਨੇ ਮੁਸਲਮਾਨ ਲੀਗ ਦਾ ਜੋ ਮਿਸਟਰ ਜਨਾਹ ਸੀ। ਦੇਖੋ ਦੂਰ ਹੁੰਦੇ ਸੀ ਸਿੱਖਾਂ ਦੀ ਤੇ ਦੂਰ ਹੁੰਦੇ ਸੀ ਉਸ ਮੁਸਲਮਾਨ ਦੀ। ਮਿਸਟਰ ਗਾਂਧੀ ਜੋ ਪ੍ਰਧਾਨ ਆਪਣਾ ਕਾਂਗਰਸ ਦਾ ਚਤਰ ਚਲਾਕ ਬੰਦਾ, ਅੱਤ ਦਾ ਸ਼ੈਤਾਨ ਆਦਮੀ, ਜਿਹਨੂੰ ਲੋਕ ਮਹਾਤਮਾ ਕਹਿ ਕੇ ਮਹਾਤਮਾ ਦਾ ਨਾਮ ਹੀ ਵਿਗਾੜ ਕਰ ਰਹੇ ਨੇ, ਬੜਾ ਚਤਰ ਚਲਾਕ ਸੀ। ਉਹਨੇ ਸਿੱਖਾਂ ਨੂੰ ਲਾਰੇ ਲਾਏ, ਉਹਨੇ ਲਾਰਾ ਉਹਨਾਂ ਮੁਸਲਮਾਨਾਂ ਨੂੰ ਲੀਡਰ ਨੂੰ ਵੀ ਲਾਉਣਾ ਸ਼ੁਰੂ ਕਰਤਾ। ਮੁਸਲਮਾਨਾਂ ਨੇ ਐਲਾਨ ਕਰਤਾ ਕਿ ਅਸੀਂ ਆਪਣਾ, ਸਾਡਾ 20% ਸਾਡੀ ਪਾਪੂਲੇਸ਼ਨ ਹੈ, ਸਾਨੂੰ 20% ਇਸੇ ਹਿੱਥਾ ਦੇ ਦਿਓ, ਅਸੀਂ ਤੁਹਾਡੇ ਨਾਲ ਰਹਿੰਦੇ ਹਾਂ, ਪਰ ਲਿਖ ਦਿਓ ਜੇ ਅਸੀਂ ਨਾ ਰਹਿਣਾ ਚਾਹੇ ਅਸੀਂ ਆਪਣਾ 20% ਹਿੱਸਾ ਹਿੰਦੁਸਤਾਨ ਤੋਂ ਲੈ ਕੇ ਪਰੇ ਹੋ ਜਾਵਾਂਗੇ। ਉਹਨੂੰ ਆਖਣ ਲੱਗਾ ਗਾਂਧੀ ਕਿ ਅਸੀਂ ਤੈਨੂੰ ਸਾਰੇ ਹਿੰਦੁਸਤਾਨ ਦਾ ਪਹਿਲਾ ਪ੍ਰੈਜੀਡੈਂਟ ਬਣਾਵਾਂਗੇ, ਤੂੰ 20% ਕੀ ਕਰਨਾ, ਤੈਨੂੰ ਸਾਰੇ ਹਿੰਦੁਸਤਾਨ ਦਾ ਪ੍ਰਧਾਨ ਬਣਾਉਣੇ। ਉਹ ਆਖਣ ਲੱਗਾ ਗਾਂਧੀ, ਤੇ ਗਾਂਧੀ ਨੇ ਇੱਕ ਹੋਰ ਜਵਾਬ ਸਵਾਲ ਕੀਤਾ ਕਿ ਮੈਂ ਤੈਨੂੰ 1 ਰੁਪਈਆ ਦੇਣਾ ਚਾਹੁੰਦਾ, ਭਾਵ 1 ਰੁਪਈਆ ਸਾਰੇ ਹਿੰਦੁਸਤਾਨ ਦਾ ਪ੍ਰੈਜੀਡੈਂਟ। ਤੂੰ ਕਹਿੰਦਾ 54 ਲੈਣੀ, 1 25 ਪੈਸੇ ਲੈ ਕੇ ਰਾਜੀ ਹੈ, 20 ਪੈਸੇ ਛੋਟਾ ਜਿਹਾ ਪਾਕਿਸਤਾਨ। ਉਹ ਆਖਣ ਲੱਗਾ ਗਾਂਧੀ ਤੂੰ ਸ਼ੈਤਾਨ ਬਹੁਤ ਏ, ਜਿਹੜਾ ਮੈਨੂੰ 54 ਵਟੇ 1 ਰੁਪਈਆ ਦੇ ਰਿਹਾ। ਕਹਿੰਦਾ ਮੈਂ ਨਹੀਂ ਲੈਣਾ, ਮੈਂ ਸਿਰਫ 25 ਪੈਸੇ ਲੈਣ ਨੂੰ ਤਿਆਰ ਹਾਂ ਕਿ ਜਿੱਥੇ ਮੁਸਲਮਾਨ ਆਪਣਾ ਰਾਜ ਪਾ ਕੇ ਸਕਣ। ਦੂਜੇ ਪਾਸੇ ਸਿੱਖ ਸਨ, ਉਹ ਸੋਚਿਆ ਨਹੀਂ ਉਹਨਾਂ ਨੇ ਕਿ ਅਸੀਂ 2% ਕੀ ਕਰਾਂਗੇ। ਉਹਨਾਂ ਨੇ ਇਸ ਹਿੰਦੁਸਤਾਨ ਦੇ ਬ੍ਰਾਹਮਣਵਾਦ ਤੇ ਸਾਨੂੰ ਰਹਿਮ ਤੇ ਛੱਡਿਆ। ਜੋ ਸਿੱਖ ਕੌਮ ਨਾਲ ਹੋਇਆ, ਜਦੋਂ ਸ਼ੁਰੂਆਤ ਹੋਈ, ਵਿਤਕਰੇ ਚੱਲ ਪਏ, ਲੜਾਈਆਂ ਦੇ ਵਿੱਚ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਮੈਂ ਕਈ ਵਾਰ ਹੈਰਾਨ ਹੁੰਦਾ, ਜੇ ਬਜ ਬਜ ਦੀ ਘਾਟ ਤੇ ਹੋਣ ਸ਼ਹੀਦ ਸਿੱਖ, ਜੇ ਜਲਿਆਂਵਾਲੇ ਬਾਗ ਸ਼ਹੀਦ ਹੋਣ ਸਿੱਖ, ਜੇ ਕਾਲੇ ਪਾਣੀਆਂ ਦੀ ਸਜ਼ਾ 'ਚ ਜਾਣ ਸਿੱਖ, ਜੇ ਫਾਂਸੀ ਦੇ ਰੱਸੇ ਚੁੰਮਣ ਸਿੱਖ, ਤੇ ਅੱਜ ਫੇਰ ਸਿੱਖਾਂ ਦਾ ਕਤਲੇਆਮ ਹੋ ਰਿਹਾ। ਜੇ ਗੁਲਾਮ ਫੇਰ ਸਿੱਖ ਕੌਮ ਗੁਲਾਮ ਏ, ਰਾਜ ਭਾਗ ਉਹਨਾਂ ਲੋਕਾਂ ਨੇ ਸ਼ੈਤਾਨ, ਕਿਉਂਕਿ ਅਸੀਂ ਉਹ ਸੰਤ ਸਿਪਾਹੀ ਵਾਲੇ ਸਾਡੇ ਲੀਡਰਸ਼ਿਪ ਨੇ ਗੁਣ ਨਹੀਂ ਆਪਣੇ 'ਚ ਪੈਦਾ ਕੀਤੇ। ਜੇ ਸੰਤ ਸਿਪਾਹੀ ਵਾਲੇ ਗੁਣ ਹੁੰਦੇ, ਮਹਾਰਾਜ ਨੇ ਗੁਰਬਾਣੀ ਵਿੱਚ ਲਿਖਿਆ, ਨਾ ਉਹ ਮਰੇ ਨਾ ਠਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਹ। ਜਿਹਦੇ ਅੰਦਰ ਪਰਮਾਤਮਾ ਦਾ ਨਾਮ ਵਸਦਾ ਉਹ ਠੱਗਿਆ ਨਹੀਂ ਜਾ ਸਕਦਾ। ਸਿੱਖ ਠੱਗੇ ਗਏ ਕਿਉਂਕਿ ਉਹਨਾਂ ਦੇ ਅੰਦਰ ਨਾਮ ਦੀ ਕਣੀ, ਨਾਮ ਦਾ ਵਾਸਾ ਹੀ ਨਹੀਂ ਸੀ, ਉਹ ਇੱਕ ਬਾਹਰੀ ਰੂਪ ਵਿੱਚ ਸਿੱਖ ਸਨ। ਉਸ ਤੋਂ ਬਾਅਦ ਹੌਲੀ ਹੌਲੀ ਚੱਲਦੀਆਂ ਬੜੀਆਂ ਐਜੀਟੇਸ਼ਨਾਂ ਹਿੰਦੁਸਤਾਨ ਵਿੱਚ ਚੱਲੀਆਂ। ਜਦੋਂ 1978 ਤੱਕ ਸਿੱਖਾਂ ਨਾਲ ਬੇਅੰਤ ਵਿਤਕਰੇ ਹੋਏ ਨੇ, ਆਪਾਂ ਬੜੀ ਲੰਮੀ ਲੜੀ ਹੈ, ਬੜੀ ਸਪਸ਼ਟ ਗੱਲ, ਆਪਣੇ ਪਾਣੀ ਦੇਖਿਆ ਹੋਇਆ ਪੰਜਾਬ ਵਿੱਚ, ਉਹਨੂੰ ਪੰਜਾਬ ਕਹਿਣਾ ਪਾਪ ਹੈ, ਉਹਦੇ ਦਰਿਆ ਦੇ 2 ਨੇ, ਪੰਜਾਬ ਦਾ ਮੀਨ 5 ਆਬ 5 ਪਾਣੀ, ਉਹ 3 ਦਰਿਆ ਪਾਕਿਸਤਾਨ ਵੱਲ ਵਸਦੇ ਚੱਲਦੇ ਨੇ, ਪੰਜਾਬ ਵਿੱਚ 2 ਨੇ, ਉਸ ਨੂੰ 2 ਆਬ ਕਿਹਾ ਜਾ ਸਕਦਾ, 5 ਆਬ ਨਹੀਂ ਕਿਹਾ ਜਾ ਸਕਦਾ, ਪਰ ਫਿਰ ਵੀ ਆਪਾਂ ਵਰਲਡਲੀ ਉਹਨੂੰ ਪੰਜਾਬ ਕਹਿ ਸਕਦੇ ਹਾਂ ਕਿਉਂਕਿ ਗੱਲ ਚੱਲੀ ਆ ਰਹੀ। ਉਹਨਾਂ ਨੇ ਪਾਣੀ ਉੱਥੇ ਚੱਲਦਾ ਹੈ, ਪਾਣੀ ਤੋਂ ਆਪ ਜੀ ਨੂੰ ਪਤਾ ਬੜੇ ਸੌਖੇ ਤਰੀਕੇ ਦੇ ਨਾਲ ਬਿਜਲੀ ਦੇ ਜੋ ਜਨਰੇਟਰ ਨੇ, ਪ੍ਰੋਜੈਕਟ ਨੇ, ਚੱਲ ਸਕਦੇ ਨੇ। ਆਮ ਤੌਰ ਤੇ ਇੱਥੇ ਪਾਣੀ ਯੂਜ ਕੀਤਾ ਜਾਂਦਾ, ਮੈਂ ਇੱਥੇ ਕੈਨੇਡਾ ਵਿੱਚ ਦੇਖਿਆ, ਉੱਥੇ ਸਾਰੇ ਦਰਿਆਵਾਂ ਦੇ ਜੋ ਵਹਿਣ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਉਹ ਟਰਮੀਨਾਂ ਲਾਈਆਂ, ਉਹਨੇ ਬਿਜਲੀ ਪੈਦਾ ਕਰਦੇ ਨੇ। ਤੇ ਅਜੀਬ ਗੱਲ ਆ, ਪੰਜਾਬ ਵਿੱਚ 2 ਦਰਿਆ ਵਾਹ ਚੱਲਦੇ ਨੇ ਤੇ ਬਠਿੰਡੇ ਵਿੱਚ ਕਾਰਖਾਨਾ ਬਿਜਲੀ ਦਾ ਕੋਲੇ ਤੇ ਲਾਇਆ ਜਾਂਦਾ ਕਿ ਕੋਲਾ ਉਹ MP ਤੋਂ, ਮੱਧ ਪ੍ਰਦੇਸ਼ ਤੋਂ ਆਏਗਾ ਤੇ ਚੱਲੇਗਾ, ਨਹੀਂ ਉਹ ਬੰਦ ਹੋ ਜਾਏਗਾ। ਪੰਜਾਬ ਦੇ ਵਿੱਚ 80% ਪੰਜਾਬ ਦੇ ਟਰੈਕਟਰ ਨੇ ਯੂਜ ਕਰਦੇ ਨੇ, ਖੇਤੀਬਾੜੀ ਖੇਤ ਆ, ਕਾਰਖਾਨਾ ਦੂਜੀ ਸਟੇਟ 'ਚ ਲੱਗੇਗਾ।
ਇਸ ਤਰ੍ਹਾਂ ਦੇ ਜੋ ਵਿਤਕਰੇ ਦੇਖੇ। ਜਦੋਂ ਗੁਰਬਾਣੀ ਵਿੱਚ ਇੱਕ ਪੰਕਤੀ ਪੜ੍ਹੀ ਜਾਂਦੀ ਹੈ, ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਜਦੋਂ ਵਿਤਕਰੇ ਦੇਖੇ ਨਾ ਗੁਰਮੁਖ ਪਿਆਰਿਆਂ ਨੇ, ਗੁਰਬਾਣੀ ਵਿੱਚ ਪੰਕਤੀ ਪੜ੍ਹੀ ਜਾਂਦੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ, ਜਿਨ੍ਹਾਂ ਨੇ ਛਕਿਆ ਪਤਾ ਹੋਵੇਗਾ ਕਿ ਪ੍ਰਾਣੀ ਨੂੰ ਪੁੱਛਿਆ ਜਾਂਦਾ ਤੂੰ ਕੀ ਕਰਨਾ ਹੈ। ਉਹ ਆਖਣ ਦਾ ਆਖਦਾ ਮੈਂ ਅੰਮ੍ਰਿਤ ਛਕਣਾ ਹੈ। ਕਹਿੰਦੇ ਅੰਮ੍ਰਿਤ ਛਕਣੀ ਤੈਨੂੰ ਸੀਸ ਭੇਟ ਕਰਨਾ ਪਵੇਗਾ। ਫੋਰਮੈਲਿਟੀ ਕਰਦੇ ਆਪਾਂ, ਸੀਸ ਭੇਟ ਗੁਰੂ ਨੂੰ ਤਾਂ ਕਰਦੇ ਨੀ। ਜੇ ਸੀਸ ਭੇਟ ਗੁਰੂ ਨੂੰ ਕੀਤਾ ਹੁੰਦਾ, ਅੱਜ ਖਾਲਸਾ ਪੰਥ ਦਾ ਸਾਰੀ ਦੁਨੀਆ ਸ੍ਰਿਸ਼ਟੀ ਤੇ ਰਾਜ ਹੋਣਾ ਹੈ। ਅਸੀਂ ਆਖਦੇ ਫਿਰ ਉਹ ਇੱਕ ਸਲੋਕ ਪੜ੍ਹਦੇ ਆ, ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਤਰ ਤਲੀ ਗਲੀ ਮਿਰਿਆ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਮਨ ਮੁਨਸਾ ਸੂਰਿਆ ਹੱਕ ਹੈ, ਫਿਰ ਬੇਅੰਤ ਸ਼ਬਦ ਪੜ੍ਹਦੇ ਨੇ। ਫੌਜਾ ਸਿੰਘ ਹੋਣਾ ਨੇ ਜਾਂ ਉਸ ਸਮੇਂ ਦੇ ਸਿੱਖਾਂ ਨੇ ਵੀ ਇਹ ਬਾਣੀ ਸੁਣੀ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਪੜ੍ਹੀ, ਉਹਦੇ ਵਿੱਚ ਕਲੀਅਰ ਲਿਖਿਆ, ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੀਓ ਸਰੀਰ ਓਲੇ, ਵੀ ਜੇ ਤੈਨੂੰ ਮੈਨੂੰ ਦਰਦਰ ਦਾ ਗੁਲਾਮ ਬਣਾਉਣਾ ਤਾਂ ਮੇਰੇ ਸਿਰ ਅੰਦਰੋਂ ਜਿੰਦ ਕੱਢ ਲਾ, ਮਾਰ ਦੇ, ਮੈਂ ਜੀਣਾ ਨਹੀਂ ਚਾਹੁੰਦਾ। ਫੌਜਾ ਸਿੰਘ ਹੁਣਾਂ ਸੋਚਿਆ ਕਿ ਮੈਨੇ ਸਾਡਾ ਗੁਰੂ ਇਹ ਕਹਿ ਰਿਹਾ ਵੀ ਦਰਦਰ ਦੇ ਮੰਗਤੇ ਨਾ ਬਣਾ, ਗੁਲਾਮ ਬਣਾ, ਇੱਕ ਅਸੀਂ ਬ੍ਰਾਹਮਣਵਾਦ ਦੇ ਗੁਲਾਮ ਆ। ਫੌਜਾ ਸਿੰਘ ਆਪਨੇ ਹਿਸਟਰੀ ਪੜ੍ਹੀ ਹੈ, ਸੁਣੀ ਹੈ ਕਿ ਫੌਜਾ ਸਿੰਘ ਹੁਣਾਂ ਨੇ ਬਹੁਤ ਤਕੜਾ ਪ੍ਰਚਾਰ ਕੀਤਾ ਉਸ ਸਮੇਂ ਦੇ ਜਿਹੜਾ ਪਾਪੀ ਬੰਦਾ ਸੀ ਉਹਨੂੰ ਵੰਗਾਰਿਆ। ਉਸ ਤੋਂ ਬਾਅਦ ਜੋ ਮੈਂ ਸੰਤ ਸਿਪਾਹੀ ਦੀ ਆਖਰੀ ਬੇਨਤੀ ਕਰਨੀ ਚਾਹੁੰਦਾ, ਹਿਸਟਰੀ ਪੜ੍ਹੀ ਜਾਂਦੀ ਹਿਸਟਰੀ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ, ਸਰਹੰਦ ਦੇ ਵਿੱਚ ਸ਼ਹਾਦਤ ਦਿੱਤੀ। ਇੱਕ ਬਿਰਧ ਮਾਤਾ ਨੇ, ਇੱਕ ਛੋਟੇ ਛੋਟੇ ਮਾਸੂਮ ਬੱਚਿਆਂ ਨੇ। ਫਿਰ ਹਿਸਟਰੀ ਪੜ੍ਹੀ ਜਾਂਦੀ ਏ ਭਾਈ ਮਨੀ ਸਿੰਘ ਦਾ ਬੰਦ ਕਟਾਇਆ। ਭਾਈ ਮਨੀ ਸਿੰਘ ਨੇ, ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾਈ। ਗੁਰਸਿੱਖੋ, ਅੱਜ ਦੇ ਸਮੇਂ ਦੇ ਵਿੱਚ ਵੀ ਘਟਨਾ ਵਾਪਰੀ ਏ, ਪਰ ਅਸੀਂ ਭੁੱਲ ਹੀ ਗਏ। ਭਾਈ ਬਲਵਿੰਦਰ ਸਿੰਘ ਜਟਾਣਾ ਜੋ ਰੋਪੜ ਦੇ ਬੱਬਰ ਖਾਲਸਾ ਦੇ ਏਰੀਆ ਕਮਾਂਡਰ ਸਨ, ਉਹਨਾਂ ਦੀ ਨਾਨੀ ਨੂੰ, ਉਹਦੇ ਦੋਹਤਿਆਂ ਨੂੰ, ਦੋ ਬੱਚਿਆਂ ਨੂੰ ਮਾਸੂਮਾਂ ਦੇ ਨੂੰ ਜ਼ਾਲਮ ਹਕੂਮਤ ਨੇ ਜਿੰਦਾ ਘਰ ਦੇ ਵਿੱਚ ਸਾੜ ਦਿੱਤਾ। ਅਨੋਖ ਸਿੰਘ ਬੱਬਰ ਦੀ ਆਪ ਜੀ ਨੇ ਸਟੋਰੀ ਜ਼ਰੂਰ ਸੁਣੀ ਹੋਵੇਗੀ। ਇੱਕ ਬੰਦਾ ਹੈ ਮੋਂਟਰੀਆਲ 'ਚ ਰਹਿ ਰਿਹਾ, ਉਹ ਪੁਲਿਸਮੈਨ ਸੀ ਇੰਡੀਆ। ਉਹ ਆਖਣ ਲੱਗਾ ਮੇਰੀਆਂ ਅੱਖਾਂ ਦੇ ਸਾਹਮਣੇ ਅਨੋਖ ਸਿੰਘ ਦੀਆਂ ਅੱਖਾਂ ਕੱਢੀਆਂ, ਬੇਤਹੱਦਰ ਕੀਤਾ ਤੇ ਅਨੋਖ ਸਿੰਘ ਨੂੰ ਜਦੋਂ SP ਜਿਹੜਾ ਤਸ਼ੱਦਰ ਕਰ ਰਿਹਾ ਸੀ ਉਸਨੇ ਪੁੱਛਿਆ ਵੀ ਕੁਛ ਹੀ ਦੱਸ। ਉਹਨੇ ਜਥੇਦਾਰ ਅਨੋਖ ਸਿੰਘ ਬੱਬਰ ਸਰਬ ਲੋਈਏ ਵਿਵੇਕੀ ਸਨ, ਕਿਸੇ ਹੱਥ ਦਾ ਸ਼ੱਕ ਤੇ ਨਹੀਂ ਸਨ। ਉਹ ਆਖਣ ਲੱਗੇ ਪਾਣੀ ਦਾ ਗਲਾਸ ਲਿਆ। SP ਸੋ ਹਬੜਾ ਖੁਸ਼ ਹੋਇਆ, ਇਹਨੇ ਜ਼ਿੰਦਗੀ 'ਚ ਕਿਸੇ ਕੋਈ ਚੀਜ਼ ਨਹੀਂ ਪੀਤੀ, ਅੱਜ ਮੇਰੇ ਕੋਲ ਪਾਣੀ ਦਾ ਗਲਾਸ ਮੰਗ ਲਿਆ। ਬੜੀ ਖੁਸ਼ੀ ਖੁਸ਼ੀ ਪਾਣੀ ਦਾ ਗਲਾਸ ਲੈ ਕੇ ਆਇਆ। ਅਨੋਖ ਸਿੰਘ ਨੇ ਪਤਾ ਸੀ ਆਖਰੀ ਦਾਮੇ ਪਾਣੀ ਦਾ ਗਲਾਸ ਪੀ ਕੇ ਆਖਣ ਲੱਗਾ, ਤੈਂ ਮੈਨੂੰ ਪਾਣੀ ਦਾ ਗਲਾਸ ਪਾਇਆ ਆਪਣੇ ਹੱਥੀ, ਤੂੰ ਮੈਨੂੰ ਇਹ ਦੁਬਾਰਾ ਪੁੱਛ ਕੇ ਦੱਸ ਦੇ ਕਿ ਮੈਂ ਤੇਰੇ ਹੱਥੋਂ ਪਾਣੀ ਪੀਤਾ। ਉੱਥੇ ਆਣ ਕੇ ਕਹਿੰਦੇ ਉਹਨੇ ਤਾਹਾਂ ਨਿਕਲ ਗਈਆਂ SP ਦੀਆਂ, ਉਹ ਕਹਿੰਦਾ ਨੂੰ ਸ਼ੂਟ ਕਰ ਦੋ, ਇਹਦੇ ਕੋਲ ਕੁਝ ਨਹੀਂ ਪੁੱਛਿਆ ਜਾ ਸਕਦਾ। ਉਹ ਸਨ ਸੰਤ ਸਿਪਾਹੀ, ਜੋ ਸਭ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਕਿੱਲੀ ਫੜ ਕੇ, ਜਿਹੜੇ ਗੁਰਮੁਖ ਪਿਆਰੇ ਨਾਂ ਰਹੇ ਨੇ, ਕਿੱਲੀ ਫੜ ਕੇ ਸਾਰੀ ਸਾਰੀ ਰਾਤ ਜਾ ਕੇ ਸਿਮਰਨ ਕੀਤਾ, ਪਰਮਾਤਮਾ ਅਕਾਲ ਪੁਰਖ ਮੇਰੇ ਅਰਦਾਸਾਂ 'ਚ ਉਹਦੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰ, ਸਾਨੂੰ ਇਹ ਖਾਲਸਾ ਪੰਥ ਲਈ ਜੂਝਣ ਦੀ ਸਮਰੱਥਾ ਬਖਸ਼। ਫਿਰ ਉਹਨਾਂ ਨੇ ਉਹ ਜੋ ਸ਼ਸਤਰ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਹੈ ਕਿ ਸਿੱਖ ਨੇ ਸੰਤ ਵੀ ਬਣਨਾ ਤੇ ਸਿਪਾਹੀ ਵੀ ਬਣਨਾ, ਉਹਨਾਂ ਨੇ ਦੋਵਾਂ ਰੂਪਾਂ 'ਚ ਇਹ ਸਾਡੀ ਖਾਤਰ ਸਿੱਖ ਕੌਮ ਦੇ, ਇਹ ਉਹ ਚਾਹੁੰਦੇ ਸੀ ਸਿੱਖ ਕੌਮ ਦੇ ਕਕਾਰ ਜੋ ਨੇ, ਸਿੱਖ ਕੌਮ ਦੀ ਸਿੱਖੀ ਉਹ ਹੈ, ਸਿੱਖ ਕੌਮ ਦਾ ਜੋ ਬਾਣਾ ਹੈ ਦੁਨੀਆਂ ਵਿੱਚ ਕਾਇਮ ਰਹੇ, ਉਹਨਾਂ ਨੇ ਸਾਡੀ ਤੁਹਾਡੀ ਖਾਤਰ ਇੱਕ ਸੰਤ ਸਿਪਾਹੀ ਬਣ ਕੇ ਇਹ ਕੁਰਬਾਨੀ ਕੀਤੀ। ਸੋ ਬੜਾ ਕੀਮਤੀ ਸਮਾਂ ਲਿਆ ਹੈ। ਇੱਕ ਸਮਾਂ ਲੈਣ ਦਾ ਕਾਰਨ ਇਹ ਹੈ ਕਿ ਜੋ ਅੰਦਰਲੀਆਂ ਭਾਵਨਾਵਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ, ਤਾਂ ਹੀ ਜ਼ਰੂਰੀ ਸਮਝਦੇ ਹਾਂ ਕਿ ਸਿੱਖ ਕੌਮ ਸੁਚੇਤ ਨਹੀਂ, ਸਿੱਖ ਕੌਮ ਨੂੰ ਪਤਾ ਹੀ ਨਹੀਂ ਕਿ ਸਾਡੇ ਨਾਲ ਕੀ ਕੁਝ ਹੋ ਰਿਹਾ, ਕੀ ਕੁਝ ਹੋਣ ਜਾ ਰਿਹਾ। ਉਹ ਤਾਂ ਵਾ ਇਹ ਵੈਸੇ ਇੱਥੋਂ ਸਾਡੇ ਬੜੇ ਬੜੇ ਗੁਰਮੁਖ ਪਿਆਰੇ ਆਏ ਹੋਏ ਨੇ, ਆਪ ਜੀ ਨੇ ਵਿਚਾਰ ਸੁਣੇ ਨੇ,
ਤੇ ਇੱਕ ਬੇਨਤੀ ਜ਼ਰੂਰ ਹੈ ਕਿ ਆਪ ਇੱਥੇ ਆਏ ਹੋ, ਕੁਝ ਛੱਡ ਕੇ ਜਾਣਾ, ਕੁਝ ਲੈ ਕੇ ਜਾਣਾ। ਛੱਡਣੇ ਨੇ ਔਗਣ, ਲੈ ਕੇ ਜਾਣੇ ਨੇ ਗੁਰਮੁਖਾਂ ਪਿਆਰਿਆਂ ਤੋਂ ਜਿਹੜੇ ਇਹਨਾਂ ਦੇ ਗੁਣ ਨੇ। ਸੋ ਮਹਾਰਾਜਾ ਫਰਮਾਉਣਾ, ਸਭਨਾ ਉੱਪਰ ਨਜ਼ਰ ਪ੍ਰਾਪਤ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ, ਤੁਝ ਦੇ ਬਾਅਦ ਕਿਸੇ ਨਾ ਹੋਵੇ ਗੁਰਮੁਖ ਸੋਝੀ ਪਾਵਣਿਆ। ਜਿੰਨੀ ਬੁੱਧੀ ਸੀ ਆਪ ਜੀ ਨੇ ਵਿਚਾਰ ਸਾਂਝੇ ਕੀਤੇ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਮਪਾਇਰ ਸੁਰਜੀਤ ਸਿੰਘ ਕਮ ਸਟੇਜ ਰਾਈਟ, ਵੀ ਵਰ ਵੈਰੀ ਵੈਰੀ ਅਵੇਅਰ ਆਫ ਦ ਟਾਈਮ, ਸੋ ਵੀ ਓਨਲੀ ਗੋਇੰ ਟੂ ਹੈਵ ਅ ਫਿਊ ਕੁਐਸਚਨਸ, ਐਂਡ ਬਿਕਾਜ਼ ਦੈਨ ਦੋਜ਼ ਪੀਪਲ ਆਰ ਡੂਇੰਗ ਹੋਰਸ ਰਾਈਡਿੰਗ ਐਂਡ ਸਰਟਨ ਯੂਰ ਕੋਚਿਸ ਆਰ ਗੋਇੰ ਟੂ ਬੀ ਔਨ ਸਾਈਟ ਟੂ ਟੇਕ ਯੂ, ਬਟ ਆਈ ਡੂ ਰਿਮਾਈਂਡ ਯੂ ਦੈਟ ਦੇਰ ਇਜ਼ ਅ ਕੁਐਸਚਨ ਬਾਕਸ ਇਨ ਦ ਲੰਗਰ ਹਾਲ, ਕੁਐਸਚਨਸ ਦੈਟ ਯੂ ਵਾਂਟ ਔਨ ਦਿਸ ਟੋਪਿਕ ਔਰ ਅਦਰ ਟੋਪਿਕਸ ਵਿਲ ਬੀ ਆਨਸਰਡ ਔਨ ਫਰਾਈਡੇ, ਆਈ ਬਿਲੀਵ ਦ ਲਾਸਟ ਡੇ, ਸੋ ਐਨੀਵਨ ਗੋਟ ਐਨੀ ਕੁਐਸਚਨਸ ਫੋਰ ਭਾਈ ਸਾਹਿਬ? ਹਾਂਜੀ ਭਾਈ, ਹਾਂਜੀ ਭਾਈ ਸਾਹਿਬ, ਸਵਾਲ ਆ, ਆਈ ਵਾਸ ਸੇਇੰਗ ਇਨ ਇੰਗਲਿਸ਼ ਐਂਡ ਆਲਸੋ ਸੇਇੰਗ ਇਨ ਪੰਜਾਬੀ। ਹੀ ਸੈਡ ਹੀ ਹੈਜ਼ ਰੈਡ ਭਾਈ ਰਾਮ ਸਿੰਘ ਬੁੱਕ ਐਂਡ ਦੇਰ ਇਜ਼ ਅ ਰਤਨਾਮ ਇਨ ਦੇਅਰ ਵਿਚ ਇਜ਼ ਗੁਰ ਕੀ ਨਿੰਦਾ ਸੁਨੇ ਨਾ ਕਾਨ, ਗੁਰ ਕੀ ਨਿੰਦਾ ਸੁਨੇ ਨਾ ਕਾਨ। ਬੇਸਿਕਲੀ ਵਾਟ ਇਟ ਡਸ ਦੈਟ ਮੀਨ, ਉਹਦਾ ਅਰਥ ਕੀ ਆ? ਗੁਰੂ ਦੀ ਕਿਸੇ ਵੀ ਗੁਰਸਿੱਖ ਨੇ ਜੋ ਗੁਰੂ ਦੀ ਨਿੰਦਿਆ ਉਹ ਨਹੀਂ ਸੁਣਨੀ, ਅਤੇ ਬੜਾ ਸਪਸ਼ਟ ਕਲੀਅਰ ਹੈ, ਚਕਰੋਲੇ ਵਾਲਾ ਕੰਮ ਨਹੀਂ। ਉਹ ਭਾਈ ਫੌਜਾ ਸਿੰਘ ਹੁਣੇ ਵੀ ਜੋ ਸੁਣ ਰਹੇ ਸੀ ਗੁਰੂ ਦੀ ਨਿੰਦਿਆ, ਅਤੇ ਉਹਨਾਂ ਨੇ ਸ਼ਸਤਰ ਉਹਨਾਂ ਨੂੰ ਉਸ ਸਮੇਂ ਕਿਹਾ ਗਿਆ, ਜੇ ਭਾਈ ਫੌਜਾ ਸਿੰਘ ਹੁਣਾਂ ਨੂੰ ਵੀ ਜੇ ਸਿੱਖ ਹੁਕਮ ਕਰਦੇ ਕਿ ਸ਼ਸਤਰਧਾਰੀ ਹੋ ਕੇ ਸ਼ਸਤਰਾਂ ਦੇ ਨਾਲ ਜਾ ਕੇ ਵਿਰੋਧ ਕਰੋ, ਅਤੇ ਉਹ ਮੇਰਾ ਖਿਆਲ ਨਹੀਂ ਸੀ ਨਿਰੰਕਾਰੀ ਭਾਈ ਸਾਹਿਬ 'ਤੇ ਗੰਨ ਚਲਾ ਸਕਦਾ, ਪਰ ਉਹਨਾਂ ਨੂੰ ਹੁਕਮ ਕੀਤਾ ਗਿਆ ਸਿੱਖਾਂ ਨੇ ਕਿ ਸ਼ਾਂਤਮਈ ਢੰਗ ਨਾਲ ਇੱਥੇ ਪ੍ਰੋਟੈਸਟ ਕਰਨਾ। ਉਹ ਉਹਨਾਂ ਨੇ ਸਿੱਖਾਂ ਦਾ ਹੁਕਮ ਮੰਨ ਕੇ ਸ਼ਾਂਤਮਈ ਢੰਗ ਨਾਲ ਜੋ ਨਿੰਦਾ ਗੁਰੂ ਦੀ ਕਰ ਰਿਹਾ ਸੀ, ਗੁਰੂ ਗ੍ਰੰਥ ਸਾਹਿਬ ਬਾਰੇ ਬੋਲ ਰਿਹਾ, ਗੁਰੂ ਗ੍ਰੰਥ ਸਾਹਿਬ ਬਾਰੇ ਬਰਾਬਰ ਸਟੇਜ ਲਾ ਰਿਹਾ ਸੀ, ਪੰਜਾਂ ਪਿਆਰੇ ਸੱਤ ਪਿਆਰੇ ਬਣਾ ਰਿਹਾ ਸੀ, ਅਤੇ ਗੁਰੂ ਭਾਈ ਸਾਹਿਬ ਨੇ ਗੁਰੂ ਦੇ ਹੁਕਮ ਅਨੁਸਾਰ ਉਹ ਨਿੰਦਿਆ ਨਹੀਂ ਸੁਣੀ, ਸ਼ਹਾਦਤ ਪ੍ਰਾਪਤ ਕਰ ਲਈ। ਹਾਂਜੀ, as far as this topic, Bhaiji Sui Singh will be at some point in the camp talking about the campaign for respect for Guru Granth Sahib, so we will be coming back to this topic as well. Anyone else got any other questions on today's? Benji. We've talked about Gan philosophy earlier, and we said that people get something according to their karams. Then why are these people who were imaged here, why did they go through so much suffering? ਸਵਾਲ ਇਹ ਆ ਕਿ ਆਪਾਂ ਸਵੇਰੇ ਕਰਮ ਫਲੋਸਫੀ ਦੀ ਗੱਲ ਕੀਤੀ ਸੀ, ਫਿਰ ਉਹ ਕਹਿੰਦੇ ਸੀ ਜੋ ਉਹ ਐਕਸ਼ਨ ਕਰਦੇ ਉਹਦੇ ਕਰਕੇ ਰਿਐਕਸ਼ਨ ਹੁੰਦਾ ਹੈ, ਫਿਰ ਆਹ ਜਿਹੜੇ ਮਾਸੂਮ ਸੀਗੇ ਇਹਨਾਂ ਨਾਲ ਇੰਨਾ ਜ਼ੁਲਮ ਕਾਹਤੇ ਹੋਇਆ? ਜੋ ਪਰਮਾਤਮਾ ਹੈ ਨਾ ਅਕਾਲ ਪੁਰਖ, ਜਿੱਥੇ ਉਹ ਜ਼ਾਲਮਾਂ ਨੂੰ ਭੇਜਦਾ ਉੱਥੇ ਮਜ਼ਲੂਮਾਂ ਨੂੰ ਵੀ ਭੇਜਦਾ। ਜ਼ਾਲਮ ਉੱਥੇ ਗੁਰਮੁਖਾਂ ਸ਼ਹੀਦਾਂ ਨੂੰ ਵੀ ਭੇਜਦਾ, ਤਾਂ ਕਿ ਜ਼ਾਲਮ ਅਤੇ ਉਸ ਜ਼ੁਲਮ ਨੂੰ, ਮਜ਼ਲੂਮਾਂ 'ਤੇ ਹੁੰਦੇ ਜ਼ੁਲਮ ਨੂੰ ਰੋਕਣ। ਜਿਸ ਤਰ੍ਹਾਂ ਜੇ ਇੱਕ ਚੀਜ਼ ਮਿੱਠੀ ਹੈ, ਕੌੜੀ ਹੈ, ਜੇ ਮਿੱਠੀ ਚੀਜ਼ ਨਾ ਹੋਵੇ ਕੌੜੀ ਦਾ ਪਤਾ ਨਹੀਂ ਵੀ ਮਿੱਠੀ ਕਿਹੋ ਜਿਹੀ, ਕੌੜੀ ਕਿਹੋ ਜਿਹੀ ਹੈ। ਇਸ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਏ, ਉਹ ਇੱਥੇ ਸਾ ਦੁਨੀਆਂ ਦੇ ਹਰ ਤਰ੍ਹਾਂ ਦੇ ਜੀਵ ਨੂੰ ਭੇਜਦਾ। ਅਕਾਲ ਮਹਾਰਾਜ ਕਹਿੰਦੇ ਪਰਮਾਤਮਾ ਅਕਾਲ ਪੁਰਖ ਕੀ ਫੌਜ, ਪਰਮਾਤਮਾ ਅਕਾਲ ਪੁਰਖ ਨੇ ਫੌਜ ਖਾਲਸਾ ਤਾਂ ਤਿਆਰ ਕੀਤੀ ਕਿ ਮਜ਼ਲੂਮਾਂ ਦੀ ਰੱਖਿਆ ਕੀਤੀ ਜਾਵੇ। ਮਜ਼ਲੂਮ ਉਹ ਨੇ, ਉਹ ਹੋ ਸਕਦਾ ਉਹਨਾਂ ਨੇ ਪਿਛਲੇ ਕਰਮਾਂ ਦੇ ਵਿੱਚ ਕੀ ਕੁਝ ਕੀਤਾ, ਉਹਨਾਂ ਨੂੰ ਇਸ ਧਰਤੀ ਦੇ ਉੱਤੇ ਅਕਾਲ ਪੁਰਖ ਨੇ ਇੱਕ ਇੱਕ ਮੌਕਾ ਦਿੱਤਾ, ਇੱਕ ਇਹ ਇੱਥੇ ਜੀਵਨ ਜੀ ਸਕਣ,
ਪਰ ਉਹ ਮਜ਼ਲੂਮ ਤਾਂ ਬਣੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਪੁਰਖ ਤੇ ਸਮਰਪਿਤ ਨਹੀਂ ਕੀਤਾ, ਗੁਰੂ ਦਾ ਹੁਕਮ ਨਹੀਂ ਮੰਨਿਆ, ਉਹ ਮਜ਼ਲੂਮ ਛੋਟੇ ਬਣ ਗਏ, ਉਹ ਕਮਜ਼ੋਰ ਹੋ ਗਏ, ਉਹਨਾਂ ਦੀਆਂ ਬਾਣੀ ਦੀਆਂ ਸ਼ਾਸਤਰਾਂ ਦੀਆਂ ਕਮਜ਼ੋਰੀਆਂ ਹੋ ਗਈਆਂ। ਜਿਹੜੇ ਗੁਰਸਿੱਖ ਸ਼ਾਸਤਰ ਤੇ ਸ਼ਾਸਤਰ ਦੇ ਪ੍ਰਪੱਖ ਹੋਏ ਉਹਨਾਂ ਨੇ ਉਹਨਾਂ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਜ਼ਾਲਮ ਜ਼ੁਲਮ ਨੂੰ ਖਤਮ ਵੀ ਕੀਤਾ ਤੇ ਸ਼ਹਾਦਤਾਂ ਵੀ ਪ੍ਰਾਪਤ। ਇਹ ਅਕਾਲ ਪੁਰਖ ਦੀ ਖੇਡ, ਇੱਥੇ ਮਜ਼ਲੂਮ ਵੀ ਧਰਤੀ ਤੇ ਆਉਂਦੇ ਰਹੇ ਨੇ, ਸ਼ਹੀਦ ਵੀ ਆਉਂਦੇ ਰਹੇ ਨੇ, ਜੁਝਾਰੂ ਵੀ ਆਉਂਦੇ ਰਹੇ ਨੇ ਤੇ ਜਰਵਾਣੇ ਵੀ ਆਉਂਦੇ ਰਹੇ ਨੇ, ਇਹ ਆਉਂਦੇ ਜਾਂਦੇ ਰਹਿਣੇ ਆ। ਪਰ ਸਿੱਖਾਂ ਦਾ ਫਰਜ਼ ਆ, ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਮਜ਼ਲੂਮਾਂ ਦੀ ਰੱਖਿਆ ਕਰਨ ਤੇ ਆਪਣਾ ਸੁੰਦਰ ਸਪਾਹਟ ਜੀਵਨ ਜੀਵਨ। Just one last question. Anyone? Otherwise, I'll give it to you. I want to add something to that, man. Just 2 minutes. Hanji, well. I think what happened in 84 and the riots of November 84, the karma is not only at individual level, the karmic debt is also at the level of calm. The Sikh calm as a whole has been doing very negative karmas. We are getting away from Guru Sahib. Just a minute. So as a whole, for that reason also Guru Sahib has been... Just to... calm means nation. Yeah. The Sikh nation as a whole has been going away from Guru Sahib. So every... there is also debt for the whole country, was a debt and the nation is a debt in that. So what the Sikhs are at this time, they are paying the karmic debt which we have been incurring for the last 200 years. We are getting away from Guru Sahib. That's why Guru Sahib is also dukh bhej rahe. So until and unless we become jabla khalsa rahe nyara, tablak tej diyon mein sara, jabe gahe vipran ki reet, maina karo unki prateet. At this time, we should, one thing is clear, saade sir ton Guru Sahib uth gaya. Sikh kaum de sir ton Guru Sahib hai nahi, kyunki apan Guru Sahib nu follow nahi kar rahe. The only way, if we become pure tat khalsa, that's the only way, how we will have Guru Sahib sir te hath hoga, then nothing can happen to us. Always victory has been. 95% from us, from our nation, Sikh kaum, they aki ne. Apar vich padde na, aki rahe na koi. To padde na, dora padde na. Aki means enemy. Aki rahe na koi. Te apa kene 95% saade vich Guru di rehto aki ne. ਜੇ ਉਹਨਾਂ ਕੋਲ ਅੰਮ੍ਰਿਤ ਛਕ ਲਓ ਕਹਿੰਦੇ ਕੀ ਪਿਆ ਅੰਮ੍ਰਿਤ ਛਕਣੇ ਚ 95% ਸਿੱਖ ਦੇ ਡੂ ਨਾਟ ਬਲੀਵ ਇਨ ਅੰਮ੍ਰਿਤ ਗੁਰੂ ਦੇ ਅੰਮ੍ਰਿਤ ਵਿੱਚ ਵਿਸ਼ਵਾਸ ਹੀ ਨਹੀਂ ਰੱਖਦੇ ਉਹ ਛਕਦੇ ਹੀ ਨਹੀਂ ਤੇ ਸਿੱਖ ਕਿਤੇ ਨੇ ਫਿਰ ਤਾਂ ਕੌਮਾਂ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਅਸੂਲ ਭੁੱਲ ਜਾਂਦੀਆਂ ਨੇ ਅਸੂਲ ਛੱਡ ਦਿੰਦੀਆਂ ਨੇ ਇੱਕ ਕੌਮ ਨਹੀਂ ਹੈ ਤੁਸੀਂ ਦੁਨੀਆਂ ਦਾ ਇਤਿਹਾਸ ਪੜ੍ਹੋ ਇੱਕ ਇੱਕ ਦਿਨ ਵਿੱਚ ਚੀਨ ਦੇ ਵਿੱਚ ਇੱਕ ਦਿਨ ਵਿੱਚ ਸਾਰੀ ਕੌਮ ਖਤਮ ਕਰ ਦਿੱਤੀ ਜਦੋਂ ਅਸੀਂ ਆਪਣੇ ਗੁਰੂ ਦੇ ਨਹੀਂ ਬਣੇ ਤੇ ਗੁਰੂ ਸਾਡਾ ਕਿੱਥੋਂ ਬਣੇਗਾ ਬਣਨਾ ਤੇ ਅਸੀਂ ਆ ਨਾ ਗੁਰੂ ਦੇ ਸੋ ਜੇ 95% ਸਿੱਖ ਅੰਮ੍ਰਿਤ ਹੀ ਨਹੀਂ ਛਕਣਾ ਚਾਹੁੰਦੇ ਕਹਿੰਦੇ ਕੀ ਰੱਖਿਆ ਰਹਿ ਦੇ ਚ ਅਸੀਂ ਤਾਂ ਮਨ ਸਾਫ਼ ਹੈ ਜੀ ਸਾਡਾ ਅਸੀਂ ਤਾਂ ਸਿੱਖ ਹੈਗੇ ਹੀ ਹਾਂ ਤੇ ਫਿਰ ਸਾਨੂੰ ਕਸ਼ਟ ਤਾਂ ਆਉਣੇ ਹੀ ਨੇ ਪਰਮੇਸ਼ਰ ਦੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਈ ਆਰਾਮ ਤੇ ਲੱਗਣ ਜਨਮ ਵਿਯੋਗ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ ਇੱਕ ਦਿਨ ਦੀ ਥੋੜੀ ਗੱਲ ਆ ਸੋ ਜੇ ਅਸੀਂ ਗੁਰੂ ਨੂੰ ਹੀ ਨਹੀਂ ਆਪਣੇ ਨਾਲ ਸਮਝਦੇ ਗੁਰੂ ਦੀ ਰਹਿਤ ਚ ਅਸੀਂ ਨਹੀਂ ਹੈਗੇ ਗੁਰੂ ਦੀ ਸਿੱਖਿਆ ਤੇ ਅਸੀਂ ਨਹੀਂ ਚੱਲ ਰਹੇ ਤੇ ਸਿੱਖ ਕਿਹਦੇ ਆ ਸਿੱਖ ਤਾਂ ਹੀ ਆ ਜੇ ਗੁਰੂ ਦੀ ਸਿੱਖਿਆ ਗ੍ਰਹਿਣ ਕਰਦੇ ਆ ਜੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕਰਦੇ ਤੇ ਕਿਹਦੇ ਸਿੱਖ ਆ ਗੁਰੂ ਸਾਹਿਬ ਦੇ ਨਹੀਂ ਹੈ ਗੁਰੂ ਨਾਨਕ ਦੀ ਜਿਹੜਾ ਸਿੱਖਿਆ ਨਹੀਂ ਲੈਂਦਾ ਸਿੱਖੀ ਸਿੱਖਿਆ ਗੁਰ ਵਿਚਾਰ ਤੇ ਜੇ ਗੁਰੂ ਨਾਨਕ ਦੀ ਸਿੱਖਿਆ ਅਸੀਂ ਪ੍ਰਾਪਤ ਨਹੀਂ ਕਰਦੇ ਗੁਰੂ ਨਾਨਕ ਕਹਿੰਦਾ ਅੰਮ੍ਰਿਤ ਛਕੋ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਰਹਿਤ ਬਿਨਾ ਨਹਿ ਸਿੱਖ ਕਹਾਵੇ ਰਹਿਤ ਬਿਨਾ ਦਰ ਚੋਟਾਂ ਖਾਵੇ ਅਸੀਂ ਕਹਿੰਦੇ ਅਸੀਂ ਰਹਿਤ ਰੱਖਣੀ ਕੋਈ ਨੀ ਇੱਕ ਨਹੀਂ ਹੈ ਅਜੇ ਤਾਂ ਹੋਰ ਜੇ ਇਹੀ ਹਾਲ ਰਿਹਾ ਤੇ ਅਜੇ ਹੋਰ ਮਾਰ ਪਏਗੀ ਹੋਰ ਪਏਗੀ ਭਾਈ ਸਾਹਿਬ ਹੋਣਾ ਨੇ ਇੱਕ ਬੜਾ ਸਪਸ਼ਟ ਕਿਹਾ ਕਿ 5% ਵੀ ਅਸੀਂ ਮੰਨਦੇ ਨੀ 5% ਸਿੱਖ ਨੇ 95% ਨਹੀਂ ਮੰਨਦੇ ਸੋ 5 ਨੂੰ ਉਹ 95% ਦੀ ਪ੍ਰੋਟੈਕਸ਼ਨ ਵਾਸਤੇ ਸ਼ਹਾਦਤਾਂ ਦੇਣੀਆਂ ਪੈਣਗੀਆਂ ਨੇ ਦੂਸਰੀ ਇੱਕ ਗੱਲ ਤੁਸੀਂ ਮੂਵੀ ਵੇਖੀ ਹੋਈ ਕਿਤੇ ਤੁਸੀਂ ਸ੍ਰਿਸ਼ਟੀ ਤੇ ਸੁਣਿਆ ਕਿ ਸ਼ਸਤਰਧਾਰੀ ਬੀਬੀ ਕੇਸ ਕੀ ਬੰਨੀ ਹੋਵੇ ਉਹਨੂੰ ਕੋਈ ਜ਼ਾਲਮ ਨੇ ਉਹਦੇ ਅੱਖਾਂ ਉਹਦੇ ਵੱਲ ਵੇਖਿਆ ਵੀ ਹੋਵੇ ਰੇਪ ਕਰਨ ਨਾਲ ਬਹੁਤ ਦੂਰ ਦੀ ਗੱਲ ਇੱਥੇ ਦਸਾਂ 15-15 ਬੰਦਿਆਂ ਨੇ ਸਿੱਖ ਕੌਮ ਦੀਆਂ ਗੁਰੂ ਨਾਨਕ ਦੀਆਂ ਸਿੱਖਾਂ ਦੀਆਂ ਬੀਬੀਆਂ ਨੂੰ ਰੇਪ ਕਿਉਂ ਕੀਤਾ
ਸ਼ਸਤਰਧਾਰੀ ਨਹੀਂ ਸਨ। ਜੋ ਸ਼ਸਤਰਧਾਰੀ ਹੁੰਦੀਆਂ ਤੁਸੀਂ ਕੋਈ ਹੈ ਹਿਸਟਰੀ, ਇੱਕ ਬੇਨਤੀ ਹੋ ਰਿਹਾ ਕਿ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਇਹ ਲਿਖਿਆ ਹੋਏਗਾ ਕਿ ਟਕੇ ਟਕੇ ਦੀ ਹਿੰਦੁਸਤਾਨ ਦੀ ਹਿਦਵਾਣੀ ਗਦਮੀ ਵਿੱਚ ਟਕੇ ਟਕੇ ਦੀ ਵਿਕੀ, ਕਿਤੇ ਇਹ ਨਹੀਂ ਲਿਖਿਆ ਮਿਲੇਗਾ ਕਿ ਹਿੰਦੁਸਤਾਨ ਦੀ ਸਿੱਖਰੀ ਟਕੇ ਟਕੇ ਦੀ ਵਿਕੀ, ਵੇਖ ਹੀ ਨਹੀਂ ਸਕਦੀ। ਤੁਸੀਂ ਦੱਸੋ ਬੀਬੀ ਸਾਹਿਬ ਸੂਰਤ ਜਾਰੀ ਏ ਪੂਰੇ ਬਾਣੇ, ਦੁਨੀਆਂ ਚ ਕੋਈ ਹੈ ਤਾਕਤ ਗੁੰਡਾ ਕੋਈ ਹੈ ਜਿਹੜਾ ਉਹਦੀ ਅੱਖ ਉਹਦੇ ਵੱਲ ਦੇਖ ਵੀ ਸਕੇ? ਉਹਦਾ ਕਾਰਨ ਆ ਕਿ ਗੁਰੂ ਮਹਾਰਾਜ ਤੁਹਾਡੇ ਤੇ ਬਖਸ਼ਿਸ਼ ਕਰਦੇ ਨੇ, ਰੱਖਿਆ ਕਰਦੇ। That is a very, very important point. I must emphasize that. Vaisa actually said that those Bibiyan who were the Kesdiwani and Kapanna, who knew Shastra Vidya, those Singhs that knew Shastra Vidya. At the last camp, we had two Singhs from Delhi, Bhai Santokh Singh, Bhai Satinder Singh. Bhai Satinder Singh was actually involved in the riots. He told us the stories about how the Singhs went out with Kapanna and saved people and saved the Gurdwaras. Two things he specifically said to me. He goes, those Sikhs got killed, the ones that didn't keep shastras in their houses, that didn't keep shastras on themselves, and couldn't protect themselves from the mobs. He said, the other thing is, he said, look at the place right in the heart of Delhi is Bangla Sahib and Ragaba Kanch Godwara. Godwara is right next to the parliament. But no one attacked them, because the Singhs that were there, they were all shastradhari. That's why saint soldier is so important. At some point you have to realise we should be protecting others, but we need to preserve ourselves, self-preservation as well. You can't protect others if you can't save yourself. So think about that. Every person should be Shastradhari. I'm very conscious of the time. I know people have got comments, but I'm very conscious of the time. And so if you have any other... I know I wanted to give Benji Arak's question, but because of time, if you write your questions, put them in the box, we will answer them. There's one more thing that I want to say before I hand over to Bhai Kamalji for the announcements. That during the Star Tying workshop, about 20 or 30 people attended apparently, and many of you wearing the Stara. Another Sun Spy, there's a book in the stalls called Kurbani, I pointed out yesterday, which is a story of Bhai Foja Singh and the Tera Singhs. If you want to read about what a Sun Spy is, he was a saint and he was a soldier, read that book. It's a fantastic book. But there's another Sun Spy also at that time, his name was Baba Janel Singh Pindranwale, and he said one thing that I remember. He said, the most wealthy person on this earth is a person that wears the Panchka Guards. They are very, very wealthy. They have a lot of value. And some of you are wearing the stars for the first time. The stars that you're wearing, whether you're male or female, have a lot of value. They are the crown of Sikhs. You know? Wear them with pride. Tomorrow, if you're comfortable wearing them today, bring them to the breakfast session tomorrow. And if you're not comfortable tying them by yourselves, we will again find Guru Sikhs who will tie them for you. And we want to encourage people to wear the stars, but we also want you to understand the value of the stars as well. Vaidya Group Singh is offering a free service of photography. If anyone wants pictures taken when you're the star, he will do that for you as well.